ਝੂਠੀ ਹੋ ਜਾਂਦੀ, ਹੋਰ ਜਿਹੜੀਆਂ ਬੇਲੋੜੀਆਂ ਗੱਲਾਂ ਕਰਦੇ ਆ ਰਸਨਾ ਝੂਠੀ ਹੋ ਜਾਂਦੀ। ਇਹਦੀ ਬਾਬਤ ਮਹਾਰਾਜ ਕਹਿੰਦੇ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰੇ ਕੰਮ ਨੂੰ ਸ਼ੇਰ ਹੈ, ਚੰਗੇ ਕੰਮ ਨੂੰ ਆਲਸੀ ਹੋ ਗਏ। ਬੇਨਤੀ ਹੈ ਹੁਣ ਜੇ ਆਨੰਦ ਲੈਣਾ ਨਾ ਥੋੜਾ ਚਿਰ, ਇਹ ਵੇਖਣਾ ਛੱਡੋ ਹੁਣ ਕੌਣ ਆ ਗਿਆ ਕੌਣ ਨਹੀਂ ਆਇਆ, ਕਿਸੇ ਦੀ ਉਡੀਕਾਂ ਨਾ ਕਰੋ। ਦੁਨੀਆਂ ਦੇ ਮਾਲਕ ਤੁਹਾਡੇ ਘਰ ਆਏ ਬੈਠੇ ਨੇ, ਕਿਸੇ ਮੰਤਰੀ ਸ਼ੰਤਰੀ ਨੇ ਤੁਹਾਨੂੰ ਖੁਸ਼ੀਆਂ ਨਹੀਂ ਦੇਣੀਆਂ, ਖੁਸ਼ੀਆਂ ਗੁਰੂ ਗ੍ਰੰਥ ਸਾਹਿਬ ਨੇ ਦੇਣੀਆਂ। ਮੇਰੀ ਬੇਨਤੀ ਹੈ ਹੱਥ ਜੋੜ ਕੇ ਹਲਵਾਈਆਂ ਨੂੰ ਵੀ ਕਹੋ ਥੋੜ੍ਹਾ ਰੌਲਾ ਘੱਟ ਪਾਉਣ, ਪਰਿਵਾਰ ਦੇ ਸਾਰੇ ਜੀਆਂ ਨੂੰ ਬੇਨਤੀ ਹੈ, ਭਾਈ ਟਿੱਕ ਕੇ ਬੈਠੋ ਜੀ, ਖੁਸ਼ੀਆਂ ਲੈਣੀਆਂ। ਤੇ ਜੇ ਇੱਧਰ ਹੀ ਹਿਲਜੁਲ ਕਰਦੇ ਰਹੀਏ ਫਿਰ ਇਹ ਕਹਿ ਲਓ ਕਿ ਖੂਹ ਕੋਲ ਆ ਕੇ ਵੀ ਪਿਆਸੇ ਮੁੜ ਜਾਣਗੇ। ਮਹਾਰਾਜ ਘਰ ਆਏ ਵੀ, ਕੀਰਤਨ ਵੀ ਹੋ ਗਿਆ, ਅਖੰਡ ਪਾਠ ਵੀ ਹੋ ਗਿਆ, ਜੇ ਟਿੱਕੇ ਨਾ ਬੈਠੇ ਫਿਰ ਕਿਆ ਫਾਇਦਾ ਹੋਏ। ਬੱਚਿਆਂ ਨੂੰ ਅਸੀਸਾਂ ਦੇਣੀਆਂ ਗੁਰੂ ਗ੍ਰੰਥ ਸਾਹਿਬ ਨੇ ਦੇਣੀਆਂ ਨੇ। ਛੱਡੋ ਹੁਣ ਜਿਹੜੇ ਆ ਗਏ ਉਹਨਾਂ ਦੇ ਭਾਗਾਂ 'ਚ ਲਿਖੀ ਸੰਗਤ ਆ ਗਈ, ਕੌਣ ਕੀ ਕਰ ਰਿਹਾ, ਸਾਨੂੰ ਕੀ ਲੈਣਾ ਦੇਣਾ। ਆਪਾਂ ਆਨੰਦ ਵਿੱਚ ਬੈਠੀਏ ਥੋੜ੍ਹਾ ਚਿਰ, ਹੁਣ ਨਾਲੇ ਬੱਚਿਆਂ ਨੂੰ ਬਿਠਾਈਏ, ਮੋਬਾਈਲਾਂ ਨੂੰ ਬੰਦ ਰੱਖੋ। ਅਤੇ ਭੈਣਾਂ ਮਾਤਾਵਾਂ ਬੱਚਿਆਂ ਨੂੰ ਖਾਸ ਬੇਨਤੀ ਹੈ, ਤੁਸੀਂ ਗੱਲਾਂ ਨਹੀਂ ਕਰਨੀ। ਰੈਤਨਾਮਿਆਂ ਦੇ ਬਚਨ ਨੇ, ਹਰ ਜਸ ਚਲਤੇ ਬਾਤ ਚਲਾਵੇ ਸੋ ਤਨਖਾਈਆ ਬੜਾ ਕਹਾਵੇ। ਹਰੀ ਦਾ ਜਸ ਚਲਦਾ ਹੋਵੇ, ਤੂੰ ਗੱਲਾਂ ਕਰਦਾ ਹੋਵੇਂ, ਰੈਤਨਾਮਿਆਂ 'ਚ ਜ਼ਿਕਰ ਹੈ, ਮਹਾਰਾਜ ਕਹਿੰਦੇ ਤਨਖਾਈਆਂ। ਵੇਖੋ, ਜਿਨ ਪਿਆ ਦਮਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਸ ਸਿੱਖ ਨੂੰ ਬਾਣੀ ਦਾ ਅਦਬ ਪੈ ਨਹੀਂ, ਜਿੰਨੇ ਮਰਜ਼ੀ ਰੁਮਾਲੇ ਚੜਾਓ, ਖੰਡ ਪਾਠ ਕਰਾਓ, ਲੰਗਰ ਕਰਾਓ, ਕੀਰਤਨ ਦਰਬਾਰ ਕਰਾਓ, ਜੇ ਬਾਣੀ ਦਾ ਅਦਬ ਸਤਿਕਾਰ ਹੀ ਨਹੀਂ, ਮਹਾਰਾਜ ਕਹਿੰਦੇ ਮੇਰਾ ਸਿੱਖ ਹੀ ਨਹੀਂ। ਲੋ ਕਰ ਲਓ ਗੱਲ, ਜਿਹਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਹੋ ਤੇ ਇਹ ਗੱਲ ਕਰਦੇ। ਟਿੱਕੇ ਬੈਠੋ ਹੁਣ ਥੋੜਾ ਚਿਰ, ਸਮਾਂ ਥੋੜਾ ਹੀ ਰਹਿ ਗਿਆ, ਮੈਂ ਤੇ ਉਡੀਕ ਕਰ ਰਿਹਾ ਸੀ, ਚਲੋ ਸਾਰੇ ਜੁੜ ਜਾਣ, ਥੋੜਾ ਚਿਰ ਇਕਾਗਰਚਿਤ ਹੋ ਜਾਈਏ। ਹਜੇ ਵੀ ਬਾਹਰ ਰੋਲੇ ਦੀ ਆਵਾਜ਼ ਆਉਂਦੀ, ਇਹਨਾਂ ਨੂੰ ਕਹੋ ਜੇ ਰੋਲਾ ਹੀ ਕਰਨਾ ਹੋਰ ਪਿੱਛੇ ਹੋ ਜਾਓ, ਤੁਹਾਡੀ ਆਵਾਜ਼ ਇੱਧਰ ਤੱਕ ਨਾ ਆਵੇ। ਜਿਹੜੇ ਲਾਹਾ ਲੈਣਾ ਚਾਹੁੰਦੇ ਨੇ, ਜਿਹੜਾ ਜੁੜਨਾ ਚਾਹੁੰਦੇ, ਉਹਨਾਂ ਨੂੰ ਜੁੜਨ ਦਿਓ। ਤੇ ਗੁਰੂ ਕਿਰਪਾ ਕਰੇ ਆਓ। ਇਹ ਦੋ ਕੁ ਮਿੰਟ ਤਾਂ ਬੇਨਤੀਆਂ ਕੀਤੀਆਂ ਕਿ ਥੋੜੀ ਕਦਰ ਪਾਈਏ, ਇਹਨਾਂ ਘੜੀਆਂ ਦੀ ਕਦਰ ਕੀਮਤ ਉਹਨਾਂ ਨੂੰ ਪੁੱਛੋ ਜਿਹੜੇ ਸੰਗਤ ਕਰਨ ਨੂੰ ਤਰਸਦੇ ਨੇ। ਬੜੀਆਂ ਮਾਵਾਂ ਸਾਨੂੰ ਮਿਲਦੀਆਂ ਨੇ, ਸਾਡੇ ਬੱਚੇ ਸੁਣਦੇ ਹੀ ਨਹੀਂ, ਅਸੀਂ ਪਿੱਟਦੇ ਰਹਿੰਦੇ ਹਾਂ ਸਾਨੂੰ ਸੰਗਤ 'ਚ ਲੈ ਜਾਓ। ਇੱਕ ਤੇ ਮਾਂ ਐਸੀ ਵੀ ਮਿਲੀ, ਮੈਂ ਕਿਹਾ ਮਾਤਾ ਜੀ ਆਉਂਦੇ ਨਹੀਂ ਸੰਗਤ 'ਚ, ਕਹਿੰਦੇ ਬੱਚਿਆਂ ਦੇ ਤਰਲੇ ਪਾ ਪਾ ਥੱਕ ਜਾਂਦੇ ਹਾਂ। ਉਹਨਾਂ ਨੂੰ ਕਹਿੰਦੇ ਹਾਂ ਸਾਰੀ ਜ਼ਿੰਦਗੀ ਤੁਹਾਡੇ ਲਈ ਭੱਜਦੇ ਰਹੇ, ਗੋਡੇ ਥੱਕ ਗਏ, ਹੁਣ ਸਾਡੀ ਬਾਂਹ ਫੜ ਕੇ ਲੈ ਜਾਓ ਗੁਰਦੁਆਰੇ। ਮੈਂ ਕਿਹਾ ਫਿਰ ਬੱਚੇ ਕੀ ਜਵਾਬ ਦਿੰਦੇ? ਉਹ ਮਾਂ ਰੋ ਪਈ, ਕਹਿਣ ਲੱਗੀ ਮੇਰਾ ਪੁੱਤ ਮੈਨੂੰ ਜਵਾਬ ਦਿੰਦਾ, ਮਾਤਾ ਇਹ ਤੇ ਵੇਲਿਆਂ ਦੇ ਕੰਮ ਨੇ। ਵੇਖੋ, ਜਿਨ੍ਹਾਂ ਤੋਂ ਉਮੀਦਾਂ ਸੀ, ਜਿਨ੍ਹਾਂ ਤੋਂ ਆਸਾਂ ਸੀ, ਇਹ ਜਵਾਬ ਮਿਲਦੇ ਨੇ। ਫਿਰ ਕਿਹਦੇ ਲਈ ਕਰਨਾ ਹੈ ਪਿਆਰਿਓ? ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ, ਆਪਣੇ ਹੱਥੀ ਆਪਣਾ ਆਪ ਹੀ ਕੰਮ ਸਵਾਰ ਜਾਈ। ਸੋ ਮੇਰੀ ਬੇਨਤੀ ਹੈ, ਪਰਿਵਾਰ ਨੂੰ ਪੁੱਛੋ, ਪੱਪੀ ਜੀ ਜਮੁਨਾ ਪਾਰ ਤੋਂ ਕਿੰਨੇ ਤਰਲੇ ਪਾ ਪਾ ਪ੍ਰੋਗਰਾਮ ਲਏ ਨੇ? ਦੋਨੋਂ ਬੱਚਿਆਂ ਦੇ ਜਨਮ ਦਿਨ ਨੇ, ਇੱਕ ਦਾ 27 ਤਰੀਕ, ਇੱਕ ਦਾ 5 ਤਰੀਕ, ਮਨਾ ਅੱਜ ਰਹੇ ਨੇ ਕਿਉਂਕਿ ਡੇਟ ਹੁਣ ਮਿਲੀ। ਪਹਿਲੇ ਸਹਿਜਦੀਪ ਜੀ ਨੂੰ ਬੇਨਤੀ ਕੀਤੀ, ਉਹਨਾਂ ਨੇ ਸਮਾਂ ਬਖਸ਼ਤਾ, ਚਲੋ। ਸੋ ਇਹ ਸਮੇਂ ਭਾਗਾਂ ਨਾਲ ਬਣਦੇ ਨੇ। ਕੋਸ਼ਿਸ਼ ਕਰੋ ਕਿ ਆਪਾਂ ਲਾਹਾ ਲਈਏ, ਛੱਡੋ ਜਿਹੜੇ ਆ ਗਏ ਆ ਗਏ, ਬਸ ਹੁਣ ਜਿਹੜੇ ਜਿਨ੍ਹਾਂ ਨੇ ਆਉਣਾ ਹੋਏਗਾ, ਜਿਨ੍ਹਾਂ ਦੇ ਭਾਗਾਂ 'ਚ ਹੋਏਗਾ, ਆ ਜਾਣਗੇ, ਬਹਿ ਜਾਣਗੇ ਟਿੱਕ ਕੇ। ਤੁਸੀਂ ਆਪਣਾ ਕਿਉਂ ਰਸ ਖਰਾਬ ਕਰਦੇ ਹੋ? ਆਓ ਰਸ ਲਈਏ। ਇੰਨਾ ਆਨੰਦ ਬਣਿਆ ਹੋਇਆ ਸੀ, ਮੈਂ ਲਾਈਵ ਦੇਖਦਾ ਸੀ ਜਦੋਂ ਹਜੂਰੀ ਰਾਗੀ ਕੀਰਤਨ ਕਰਦੇ ਸੀ, ਬੜੇ ਪਿਆਰ ਵਿੱਚ ਲੱਗੇ ਹੋਏ ਸਾਨੂੰ ਵੀ। ਸਹਿਜਦੀਪ ਸਿੰਘ ਜੀ ਨੇ ਵੀ ਕੀਰਤਨ ਬਹੁਤ ਪਿਆਰ ਵਿੱਚ, ਸਹਿਜ ਵਿੱਚ ਕੀਤਾ। ਹੁਣ ਬਿਟੀਆਂ ਨੇ ਹਾਜ਼ਰੀ ਭਰੀ, ਆਓ ਹੁਣ। ਬੇਨਤੀ ਹੈ, ਸਮਾਂ ਲੰਘੀ ਜਾ ਰਿਹਾ ਹੈ, ਸਮਾਂ ਨਹੀਂ ਕਿਸੇ ਦੀ ਕਦਰ ਕਰਦਾ। ਕੋਸ਼ਿਸ਼ ਕਰੋ ਹੁਣ ਸਮੇਂ ਨੂੰ ਸੰਭਾਲੀਏ, ਹਰ ਇੱਕ ਸਾਹ ਤੋਂ ਵਾਹਿਗੁਰੂ ਨਿਕਲ ਕੇ ਜਾਵੇ ਤਾਂ ਜੋ ਸਾਡਾ ਬੈਠਿਆ ਸਫਲਾ ਹੋਵੇ। ਠੀਕ 1 ਵਜੇ 1:05 ਤੇ ਆਪਾਂ ਆਨੰਦ ਸਾਹਿਬ ਪੜ੍ਹ ਦੇਣਾ ਹੈ। ਰਾਤ ਨੂੰ ਵੀ ਸਾਡੇ ਸਮਾਗਮ ਨੇ ਇਕੱਠੇ ਹੀ, ਸਹਿਜਦੀਪ ਸਿੰਘ ਜੀ ਦੇ ਵੀ ਤੇ ਸਾਡੇ ਵੀ, ਉੱਥੇ ਵੀ ਬਾਣੀ ਨੈਟ ਤੇ ਲਾਈਵ ਆਉਣਾ ਹੈ, ਹਰ ਗੋਬਿੰਦ ਇੰਗਲੇ। ਸੋ ਇਸ ਕਰਕੇ ਸਮਾਂ ਪੂਰਾ ਸੂਰਾ ਹੀ ਹੈ, ਆਪਾਂ ਕੋਸ਼ਿਸ਼ ਕਰੀਏ ਹੁਣ ਸਮੇਂ ਨੂੰ ਸੰਭਾਲੀਏ, ਥੋੜਾ ਸਮਾਂ ਵੀ
थोड़ा समा भी सारी जिंदगी का आधार बन सकता है जे संभालिया जाए। कई बार असं कहने ना मैं तेनों गल की सी तेनों चेते है, वह कहता तुम गलते की सी पर मैं थोड़ी गल ध्यान नाल नहीं सी सुनी। जिहड़ी ध्यान नाल सुने होवी वह सारी जिंदगी नहीं विसरती, जिहड़ी गल ध्यान नाल सुनी होवे ना वह सारी जिंदगी नहीं विसरती, जिहड़ी ध्यान नाल नहीं सुनी वह सुनी भावे ना सुनी कोई बराबर। इस करके एक एक बोल सतगुरां दे अंदर नूं ठंड दे सकदे, एक एक बोल सतगुरां दे अंदर नूं हरियावल कर सकदे ने। पर आपां जे सुणीए सुणीए जपजी साहिब दा पाठ कर दिओ, सुनण दा किन्ना महत्व दस्सिया गुरु नानक साहिब ने, चार पौड़ियां ते लै सुनण दीआं दस्सदीआं महाराज। जिहड़ा चंगा स्रोता बण जाए ना, चंगा स्रोता भावें कीर्तन करना नहीं आउंदा उहनूं, भावें गाउणा नहीं आउंदा, महाराज कहिंदे चंगा स्रोता बण जे, सुनण दी आदत पा पा के चंगा स्रोता ही बण जे, सुनना ही शुरू कर दे, महाराज कहिंदे एडियां पदवियां उच्चियां मिल जांदियां जिहड़ी कई वारी योग साधना करके भी नहीं मिलदी। सुनदे ही हो, रोज पढ़दे ही हो, सुने सिद्ध पीर सुरनाथ, ये छोटियां पदवियां ने कोई, इन्हां पदवियां लई कई योगी बारह बारह साल पुठे लटकदे भुखे रहिंदे ने, फिर भी नहीं मिलदियां, सहजे ही मिल जांदियां जिहड़ा चंगा स्रोता ही बण। सो आओ बेनती है, हुण रोला नहीं करना किसे ने, मोबाइलों नूं बंद रखना बहुत जरूरी है, वाइब्रेशन ते कर लो, बैलां ना वजन, चलदे कीर्तन च विघन ना पवे। जिथे तुसी बह के आनंद लै रहे हो, देशां विदेशां च संगत घर बैठे भी लाहा लै रही है, यह लाइव जा रहा सारा प्रोग्राम। सो आओ दो कु मिनट जपीए, उस तो बाद आपां रल मिल के जिवें गुरु हाजरी भराएगा, जिवें गुरु मेहर करेगा, आपां रल मिल के हाजरी भरांगे। एक बारी गुरु ग्रंथ साहिब नूं सीस झुका के चढ़दी कला विच महाराज नूं फतेह बुला दिओ जी, आखो वाहिगुरु जी का खालसा वाहिगुरु जी की फतेह। फतेह आओ दो कु मिनट जपीए, उस तो बाद आपां हाजरी भरदे हां, कोई भी रसना वांदी ना रहे, सारी संगत करो जी कृपा। वाह गुरु 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 गुरु वाह गुरु गुरु वाहे गुरु तुमरी शरण तुम्हारी आसा, तुम ही सजन सुगले। गुरु ग्रंथ साहिब वल तक के बोलो जी, बड़ा आनंद आए। जिन्हां जिन्हां ते आसा लाइया ने वेख ही लिया सारिया नूं, एक बारी इन्हां ते भी भरोसा करके वेखो। तको निमाणियां अखां नाल, नियासरे बन के निवाणे बन के तक के बोलो, बड़ा स्वाद आएगा, अंदर नूं ठहराव मिल जाए। ओदी तुमरी शरण तुम्हारी आसा, तुमगी सजन सुदेले, राखो राखण वार दयाला, नानक करके गोले,
तुमरी शरण भुली जे चुकी साई भी तहिंजी कांडिया जिन्ना ने गौंद जाने लगा चूर मरों से मांडिया गौना छोड़ू कंत बासरा सदा रंगीला लाल प्यारा एगो महिंजा आस सारे बोलो एगो महिंजा उस्तत निंदा नानक जी मैं कब मजाई छोड़े जा कब किश्त आगी हबे साक कुड़ा में डिठे तो पल्ले पेंडे लागी तुमरी शरण तुम्हारी आसा किसी तड़ा किया मित्र सुत नान भाई किसी तड़ा किया कुड़म सके नाल जवाई किसी की तड़ा किया सिकदार चौधरी नाल अपने सुआई जदो तेनू पुछन तेरा कौन है सर चुका के नियासरा बन के गई हमारा तड़ा गर रहिया सुवाई हमारा तड़ा गर रहिया सुवाई तू मेरो मेर पर्वत स्वामी स्वामी ओट गई मैं तेरी ना तुम डोलो ना गुम गिरते रख ली नी खर मेरी तुमरी शरण तुम्हारी सारी संगत बोलो तुमरी शरण तुम्हारी आसा तन तन श्री गुरु ग्रंथ साहिब जी सारे बोलो तन तन श्री गुरु ग्रंथ साहिब जी ओ तुमरी शरण तुम्हारी आसा तुम ही सजन सुहेले राखो राखण गार दयाला नानक करके गोले तेरे परोसे प्यारे मैं लाड लड़ाया तेरे परोसे प्यारे तेरे पुरुष प्यारे मैं लाड लड़ाया पुरुष प्यारे मैं लाड लड़ाया तेरे पुरुष प्यारे
परोसे प्यारे, तेरे 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 परोसे प्यारे, परोसे प्यारे।
से प्यारे लाड लगाया, गुरु पुरुष से प्यारे लाड लगाया। उले चुके बारक तू घर पिता माया, सुगिला कहन का गावन तेरा बिखू पावन, हो मान तान करू तेरा हो जानू आपा, सबकी मद समय ते बाकर बेबोताज बापा, पिता को जानू नारी तेरी कवन जुगता, ओ बंधन मुक्त संतो मेरी राखे ममता, पै कृपाल ठाकुर रहो आवन जाना, गोर मिल नानक पार ब्रह्म पछाना, गोर मिल नानक पार ब्रह्म पछाना, ओ तेरे परोसे प्यारे 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 तेरे परोसे प्यारे
ਜਪੋ ਬੇਨਤੀ ਹੈ ਸੰਗਤ ਨੂੰ ਕਿਸੇ ਨੇ ਵੀ ਸ਼ਰਮ ਨਹੀਂ ਕਰਨੀ ਲੁੱਟ ਲੋ ਲਾਹਾ ਕੈਮਰਾ ਘੁਮਾ ਜਰਾ ਵੇਖ ਕੌਣ ਨਹੀਂ ਬੋਲਦਾ ਸਭ ਬੋਲੋ ਝੋਲੀਆਂ ਭਰਾਣੀਆਂ ਫਿਰ ਜਪਣਾ ਪਏਗਾ ਲਡਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ
ਬੱਚਿਆਂ ਦੇ ਭਲੇ ਲਈ ਆਖੋ ਸਤਨਾਮ ਸ੍ਰੀ ਗੁਰੂ। ਅੱਜ ਦੇ ਦੀਵਾਨ ਚ ਆਪਣੀ ਵੀ ਅਰਦਾਸ ਕਰਿਓ, ਪਰਿਵਾਰ ਲਈ ਵੀ ਅਰਦਾਸ ਕਰਿਓ, ਸਾਡੇ ਕੂਕਰਾਂ ਲਈ ਵੀ ਅਰਦਾਸ ਕਰਿਓ। ਜੋ ਰਸਨਾ ਤੋਂ ਬੋਲ ਰਹੇ ਹਾਂ, ਹਿਰਦੇ ਤੋਂ ਆਪਣੇ ਗੁਰੂ ਨੂੰ ਲਾੜ ਲਡਾ ਸਕੀ, ਸੱਚਮੁੱਚ ਅੰਦਰੋਂ ਉਹਦਾ ਭਰੋਸਾ ਰੱਖ ਕੇ, ਉਹਦੀ ਟੇਕ ਰੱਖ ਕੇ, ਉਹਦੇ ਨਾਲ ਲਾਲ ਲੜਾ ਸਕੀ। ਐਸਾ ਦੱਸਦੇ ਨੇ ਜਿੰਨਾ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ। ਉਹ ਤਾਂ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ। ਭਰੋਸਾ ਇੰਨੀ ਵੱਡੀ ਦਾਤ, ਜੇ ਭਰੋਸਾ ਹੋਵੇ ਹੱਕ ਨਾਲ ਸਭ ਕੁਛ ਮੰਗ ਸਕਦੇ। ਸਭ ਕੁਛ ਜੋ ਦਾਤਾਂ ਤੇਰੇ ਕਰਮਾਂ ਚ ਨਹੀਂ ਵੀ ਲਿਖੀ, ਜੋ ਦਾਤਾਂ ਤੇਰੇ ਕਰਮਾਂ ਭਾਗਾਂ ਚ ਨਹੀਂ ਵੀ ਲਿਖੀਆਂ, ਮੈਂ ਸੱਚ ਕਹਿਣਾ ਉਹਦਾ ਕੂਕਰ ਹੋਣ ਦੇ ਨਾਤੇ ਪਰਚਾ ਨਾ ਪਵੇ। ਜੇ ਤੇਰਾ ਭਰੋਸਾ ਸੱਚਾ ਹੈ, ਜੇ ਤੇਰੀ ਟੇਕ ਸੱਚੀ ਹੈ, ਜੇ ਅੰਦਰੋਂ ਬਿਲਕੁਲ ਅਡੋਲ ਹੈ, ਮੈਂ ਕਹਿਣਾ ਜੋ ਦਾਤਾਂ ਨਹੀਂ ਵੀ ਲਿਖੀਆਂ ਤੂੰ ਵੀ ਲਿਖਾ ਸਕਦਾ। ਬਾਪੂ ਲਿਖਣ ਨੂੰ ਮਜਬੂਰ ਹੋ ਜਾ, ਮਜਬੂਰ ਹੋ ਜਾਂਦਾ ਲਿਖਣ ਨੂੰ, ਇਹਦੀ ਟੇਕ ਪੱਕੀ, ਇਹਦਾ ਭਰੋਸਾ ਪੱਕਾ। ਇਹ ਬੇਨਤੀ ਹੈ ਮੇਰੀ ਸਿੰਘ ਨੂੰ, ਯਾਰ ਦੂਸਰਿਆਂ ਨੂੰ ਤੇ ਰਸ ਲੈਣ ਦਿਓ, ਆਪ ਨਹੀਂ ਲੈਣਾ ਦੂਸਰਿਆਂ ਨੂੰ ਲੈਣ ਦਿਓ। ਜਿਹੜੇ ਕੋਈ ਸਟਾਲ ਵੀ ਚੱਲਦੇ ਨੇ ਬੰਦ ਕਰ ਦਿਓ ਥੋੜੀ ਦੇਰ ਲਈ, ਇਹ ਬਿਮਾਰੀਆਂ ਨੇ ਜਦੋਂ ਚੱਲਦੇ ਕੀਰਤਨ ਚ। ਏਡਾ ਵੱਡਾ ਵਪਾਰ ਹੋ ਰਿਹਾ, ਆਪਾਂ ਕੋਡੀਆਂ ਦੇ ਮਗਰ ਲੱਗੇ ਹੋਏ ਹਾਂ, ਵੇਖੋ ਏਡਾ ਵੱਡਾ ਵਪਾਰ। ਇਹ ਤੇ ਰੋਜ਼ ਹੀ ਛੱਕ ਛਕਾਉਂਦੇ ਆ, ਇਸ ਚੀਜ਼ ਤੋਂ ਭੁੱਖੇ ਰਹਿ ਗਏ, ਸਾਰੀ ਜ਼ਿੰਦਗੀ ਭੁੱਖੇ ਰਹਾਂਗੇ। ਥੋੜਾ ਸਮਾਂ ਹੋਰ ਹੀ ਹੈ, ਫਿਰ ਰਲ ਮਿਲ ਕੇ ਆਪਾਂ ਜੋ ਕਰਨਾ ਉਹ ਕਰਿਓ ਸਾਰੀ। ਥੋੜਾ ਸਮਾਂ ਟਿਕ ਜਾਓ, ਤੁਸੀਂ ਰਸ ਨਹੀਂ ਲੈਣਾ, ਹੋਰ ਪਿੱਛੇ ਹੋ ਜਾਓ, ਜਿਹੜੇ ਲੈਂਦੇ ਪਏ ਨੇ ਉਹਨਾਂ ਨੂੰ ਲੈਣ ਦਿਓ ਥੋੜਾ ਜਿਹਾ। ਇਹ ਸਮੇਂ ਕਰਮਾਂ ਨਾਲ ਮਿਲਦੇ, ਉਹਨਾਂ ਨੂੰ ਪੁੱਛੋ ਜਿਹੜੇ ਹਸਪਤਾਲਾਂ ਚ ਪਏ ਹੋਏ ਤਰਸਦੇ ਪਏ ਨੇ, ਬਾਬਾ ਛੁੱਟੀ ਦੇ ਦੇ ਸਾਨੂੰ, ਛੁੱਟੀ ਦੇ ਦੇ ਸਾਨੂੰ, ਅਸੀਂ ਦੋ ਘੜੀ ਤੇਰੀ ਸੰਗਤ ਚ ਬਹਿ ਜਾਈ। ਨਹੀਂ ਮਿਲਦੀ ਜੇ ਬਿਨਾਂ ਕਰਮਾਂ ਤੋਂ, ਬਿਨਾਂ ਭਾਗਾਂ ਤੋਂ। ਧੱਕੇ ਮਿਲ ਜਾਂਦੇ ਨੇ, ਗਾਲਾਂ ਮਿਲ ਜਾਂਦੀਆਂ, ਗੁਰੂ ਨਾਨਕ ਦੀ ਸੰਗਤ ਨੀ ਜੇ ਮਿਲਦੀ, ਨਹੀਂ ਜੇ ਮਿਲਦੀ। ਜੇ ਮਿਲੀ ਇਹਦੀ ਕਦਰ ਜਾਣੋ, ਬਸ ਕਦਰ ਜਾਣੋ ਇਹਦੀ, ਇਹ ਗੁਰੂ ਨਾਨਕ ਦੀ ਸੰਗਤ ਹੈ। ਜਿਵੇਂ ਸਾਰੇ ਹੀ ਬੱਚੇ ਮਾਂ ਨੂੰ ਪਿਆਰੇ ਹੁੰਦੇ, ਪਰ ਜਿਹੜਾ ਗੋਦੀ ਵਾਲਾ ਹੁੰਦਾ ਬਹੁਤਾ ਹੀ ਪਿਆਰਾ ਹੁੰਦਾ। ਬੱਚੇ ਸਾਰੇ ਹੀ ਪਿਆਰੇ ਨੇ, ਪਰ ਜਿਹੜਾ ਗੋਦੀ ਵਾਲਾ ਬਹੁਤਾ ਹੀ ਪਿਆਰਾ ਹੈ। ਇਸੇ ਤਰ੍ਹਾਂ ਮੇਰੇ ਬਾਬੇ ਨੂੰ ਸਾਰੀ ਦੁਨੀਆ ਪਿਆਰੀ ਹੈ, ਸਾਰੇ ਜੀ ਪਿਆਰੇ ਨੇ, ਸਾਰੇ ਬੱਚੇ ਪਿਆਰੇ ਨੇ, ਪਰ ਜਿਹੜੇ ਉਹਦੀ ਗੋਦ ਵਿੱਚ ਆ ਕੇ ਬਹਿੰਦੇ ਬਹੁਤੇ ਹੀ ਪਿਆਰੇ ਲੱਗਦੇ। ਗੋਦ 'ਚ ਬੈਠਿਆ ਨਾ ਉਹਦੀ ਬਹੁਤ ਹੀ ਪਿਆਰੇ ਲੱਗਦੇ ਨੇ, ਪਰ ਜੇ ਗੋਦ 'ਚ ਬਹਿ ਕੇ ਵੀ ਮਸਕਰੀਆਂ ਕਰੀਏ ਫਿਰ ਸੋਭਦਾ ਨਹੀਂ, ਫਿਰ ਸੋਭਦਾ ਨਹੀਂ। ਭਰੋਸਾ ਇੰਨੀ ਵੱਡੀ ਦਾਤ ਹੈ, ਜੋ ਮਰਜ਼ੀ ਲਿਖਾਉਣਾ ਚਾਹੋ ਉਹ ਲਿਖਾ ਸਕਦੇ ਹੋ। ਬਾਪੂ ਲਿਖਣ ਨੂੰ ਮਜਬੂਰ ਹੋ ਜਾਓ। ਏਡਾ ਵੱਡਾ ਇਤਿਹਾਸ ਜੁੜਿਆ ਹੋਇਆ ਮਾਤਾ ਸੁਲੱਖਣੀ ਦਾ, ਵੀ ਸਾਰੇ ਹੀ ਜਾਣਦੇ। ਚੱਬੇ ਪਿੰਡ ਦੀ ਰਹਿਣ ਵਾਲੀ ਏ, ਥਾਂ ਥਾਂ ਤੇ ਫਿਰੀਏ, ਥਾਂ ਥਾਂ ਤੇ ਫਿਰੀਏ। ਮੰਗਦੀ ਕੀ ਸੀ ਹਰ ਬੂਹੇ ਤੇ ਜਾ ਕੇ, ਮੇਰੇ ਘਰ ਔਲਾਦ ਨਹੀਂ ਮੈਨੂੰ ਔਲਾਦ ਬਖਸ਼ ਦਿਓ, ਪਰ ਕਿਤੋਂ ਵੀ ਖੈਰ ਨਹੀਂ ਪਈ, ਕਿਤੋਂ ਵੀ। ਨਿਰਾਸ਼ ਰਹਿੰਦੀ ਸੀ, ਉਦਾਸ ਰਹਿੰਦੀ ਸੀ, ਹਰ ਵੇਲੇ ਮੱਥੇ ਤੇ ਤੀਊੜੀਆਂ, ਹਰ ਵੇਲੇ ਝੋਰਾ ਪਿਆ ਰਹਿੰਦਾ ਸੀ, ਮੇਰੇ ਜਾਣ ਤੋਂ ਬਾਅਦ ਹੋਏਗਾ ਕੀ, ਮੈਨੂੰ ਸਾਂਭੇਗਾ ਕੌਣ।
ਗਮ ਸੀ, ਸਭ ਕੁਝ ਸੀ, ਪਰ ਸਾਂਭਣ ਵਾਲਾ ਕੋਈ ਨਹੀਂ ਸੀ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਭਾਈ ਗੁਰਦਾਸ ਦਾ ਮੇਲ ਹੁੰਦਾ ਹੈ। ਭਾਈ ਗੁਰਦਾਸ ਜੀ ਪ੍ਰਸ਼ਨ ਕਰਦੇ, ਤੂੰ ਮਾਤਾ ਉਦਾਸ ਕਿਉਂ ਰਹਿੰਦੀ? ਕਹਿੰਦੀ ਹੈ, ਸਿੱਖਾ ਸਭ ਕੁਛ ਹੈ ਕਰ, ਪਰ ਮੈਨੂੰ ਸਾਂਭਣ ਵਾਲਾ ਕੋਈ ਔਲਾਦ ਨਹੀਂ। ਕਰ ਸਾਰੇ ਬੂਹੇ ਖੜਕਾ ਕੇ ਵੇਖ ਲਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਤਿਹਾਸ ਹੈ ਸਾਡਾ, ਇਤਿਹਾਸ ਹੈ ਸਾਡਾ। ਭਾਈ ਗੁਰਦਾਸ ਕਹਿੰਦੇ, ਸਿੱਖ ਨੂੰ ਤੇ ਆਪਣੇ ਗੁਰੂ ਤੇ ਮਾਣ ਹੁੰਦਾ ਨਾ। ਭਾਈ ਗੁਰਦਾਸ ਕਹਿੰਦੇ, ਉਹ ਬੀਬੀ ਇਹ ਨਾ ਕਹਿ ਸਾਰੇ ਬੂਹੇ ਖੜਕਾ ਕੇ ਵੇਖ ਲੈ, ਮੈਨੂੰ ਇਹ ਦੱਸ ਗੁਰੂ ਨਾਨਕ ਦਾ ਬੂਹਾ ਖੜਕਾਇਆ ਕਿ ਨਹੀਂ ਖੜਕਾਇਆ? ਕਹਿੰਦੀ ਉਹ ਕਿਹੜਾ ਬੂਹਾ ਹੈ? ਫਿਰ ਭਾਈ ਗੁਰਦਾਸ ਜੀ ਡੈਫੀਨੇਸ਼ਨ ਦੱਸਦੇ, ਉਸ ਘਰ ਦੀ ਵਡਿਆਈ ਦੱਸਦੇ। ਕਹਿੰਦੇ, ਬੀਬੀ ਤੂੰ ਕਹਿੰਦੀ ਸਾਰੇ ਬੂਹੇ ਖੜਕਾ ਲੈ, ਤੂੰ ਕਹਿੰਦੀ ਸਾਰੇ ਬੂਹੇ ਖੜਕਾ ਲੈ, ਮੈਂ ਤੈਨੂੰ ਪੁੱਛਿਆ ਗੁਰੂ ਨਾਨਕ ਦਾ ਬੂਹਾ ਖੜਕਾਇਆ ਕਿ ਨਹੀਂ, ਤੂੰ ਪੁੱਛਦੀ ਉਹ ਕਿਹੜਾ ਬੂਹਾ ਹੈ? ਭਾਈ ਗੁਰਦਾਸ ਜੀ ਕਹਿੰਦੇ, ਜੇ ਤੂੰ ਉਹ ਬੂਹਾ ਖੜਕਾਇਆ ਹੁੰਦਾ, ਜੇ ਤੇਰੀ ਝੋਲੀ ਖਾਲੀ ਨਾ ਹੁੰਦੀ। ਉੱਥੇ ਜਿਹੜੇ ਰੋਂਦੇ ਜਾਂਦੇ ਨੇ, ਹੱਸਦੇ ਆਉਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਦਾ ਵਚਨ ਹੈ, ਹੱਸ ਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੇ। ਉਹ ਗੁਰੂ ਨਾਨਕ ਦਾ ਘਰ ਹੈ, ਬਸਤੋ ਹੋਏ ਹੋਏ ਸੋ ਉਜੜ, ਉਜੜ ਹੋਏ ਸੋ ਬਸੈ। ਰਾਜਾ ਸਰਮ ਮਿਤ ਨਹੀਂ ਜਾਨੀ ਤੇਰੀ, ਤੇ ਸੰਤਨ ਕੀ ਹਾਂਥੇ। ਜਲ ਤੇ ਥਲ ਕਰ ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾ। ਉਹ ਕਿਹੜਾ ਬੂਹਾ ਤੂੰ ਪੁੱਛਦੀ? ਹਜੇ ਤੂੰ ਅਜੇ ਪੁੱਛਦੀ ਉਹ ਕਿਹੜਾ ਬੂਹਾ? ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾ। ਪੁੱਛਦੀ ਕਿਹੜਾ ਬੂਹਾ? ਉਸ ਘਰ ਦੀ ਡੈਫੀਨੇਸ਼ਨ ਦੱਸ ਰੇ, ਵਡਿਆਈ ਦੱਸ ਰੇ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਇਹੋ ਜਿਹਾ ਬੂਹਾ ਈ ਉੱਥੇ ਮੱਥਾ ਰੱਖਦਿਆਂ ਹੀ, ਉੱਥੇ ਸੀਸ ਝੁਕਾਉਂਦਿਆਂ ਹੀ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ। ਜਿਵੇਂ ਕਾਜੀ ਸਲਾਰ ਦਿਨ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ, ਮਹਾਰਾਜ ਗੁਰੂ ਨੂੰ ਮੱਥਾ ਟੇਕਣ ਦਾ ਲਾਭ ਕੀ? ਮਹਾਰਾਜ ਬੈਠੇ ਸੀ ਤੇ ਕਾਜੀ ਸਲਾਰ ਦਿਨ ਕੋਲ ਖੜਾ ਸੀ। ਜਿਹੜਾ ਸਿੱਖ ਆਵੇ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਸੰਗਤ ਚ ਬਹਿ ਜਾਵੇ ਜਿਵੇਂ ਤੁਸੀਂ ਬਹਿ ਗਏ। ਕਾਜੀ ਸਲਾਰ ਦਿਨ ਨੇ ਸਵਾਲ ਪਾਇਆ, ਮਹਾਰਾਜ ਗੁਰੂ ਨੂੰ ਮੱਥਾ ਟੇਕਣ ਦਾ ਲਾਭ ਕੀ? ਕਲਗੀਧਰ ਕਹਿਣ ਲੱਗੇ, ਉਹ ਸਾਹਮਣੇ ਕਾਜੀ ਸਾਹਿਬ ਮੋਹਰ ਪਈ ਚੁੱਕੋ ਜਰਾ। ਕਾਜੀ ਨੇ ਮੋਹਰ ਚੁੱਕ ਲਈ। ਮਹਾਰਾਜ ਕਹਿੰਦੇ, ਕਾਜੀ ਸਾਹਿਬ ਮੋਹਰ ਤੇ ਕੀ ਅੱਖਰ ਲਿਖੇ ਜਿਹੜਾ ਪੜ੍ਹ ਕੇ ਸੁਣਾਓ? ਕਹਿੰਦਾ, ਮਹਾਰਾਜ ਪੜ੍ਹਨ ਚ ਨਹੀਂ ਆਉਂਦੇ, ਅੱਖਰ ਪੁੱਠੇ ਲਿਖੇ ਹੋਏ ਨੇ। ਮਹਾਰਾਜ ਕਹਿੰਦੇ, ਸਾਨੂੰ ਦਿਓ। ਮਹਾਰਾਜ ਨੇ ਮੋਹਰ ਲੈ ਕੇ ਨਾ ਸ਼ਾਹੀ ਚ ਭਜੋ ਕੇ ਕਾਗਜ਼ ਤੇ ਠੱਪਾ ਮਾਰਦਾ। ਕਾਜੀ ਸਾਹਿਬ, ਹੁਣ ਪੜ੍ਹੋ। ਹਾਂ ਮਹਾਰਾਜ, ਹੁਣ ਤੇ ਪੁੱਠੇ ਅੱਖਰ ਸਿੱਧੇ ਹੋ ਗਏ, ਹੁਣ ਤੇ ਪੜ੍ਹਨ ਚ ਆ ਰਹੇ ਨੇ। ਮਹਾਰਾਜ ਕਹਿੰਦੇ, ਤੁਹਾਡੇ ਸਵਾਲ ਦਾ ਜਵਾਬ ਹੈ। ਕਹਿੰਦਾ, ਮਹਾਰਾਜ ਮੇਰੇ ਸਵਾਲ ਦਾ ਜਵਾਬ? ਮਹਾਰਾਜ ਕਹਿੰਦੇ, ਹਾਂ ਕਾਜੀ ਸਾਹਿਬ, ਜਿਵੇਂ ਮੋਰ ਦੇ ਅੱਖਰ ਪੁੱਠੇ ਲਿਖੇ ਪੜ੍ਹਨ ਚ ਨਹੀਂ ਆਉਂਦੇ, ਸ਼ਾਹੀ ਚ ਭਜੋ ਕੇ ਕਾਗਜ਼ ਤੇ ਠੱਪਾ ਲਾਇਆ, ਪੁੱਠੇ ਸਿੱਧੇ ਹੋ ਗਏ। ਜਿਹੜਾ ਸਿੱਖ ਗੁਰੂ ਨੂੰ ਸ਼ਰਧਾ ਨਾਲ ਮੱਥਾ ਟੇਕਦਾ, ਉਹਦੀਆਂ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ। ਅਪੁਸ਼ਟ ਬਾਤ ਤੇ ਭਈ ਸੀਦਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਹੁੰਦੀਆਂ ਆਪਣੀ ਅੱਖਾਂ ਨਾਲ ਵੇਖੀ। ਇਹ ਦੀਵਾਨ ਚ ਮੈਂ ਗੱਲ ਸੁਣਾਈ ਹੁਣੇ, ਮੇਰੇ ਖਿਆਲ ਨਾਲ ਹਫ਼ਤਾ ਹੀ ਹੋਇਆ। ਇੱਕ ਪ੍ਰਾਪਰਟੀ ਡੀਲਰ ਨਾਲ ਸਾਡੀ ਮੀਟਿੰਗ ਸੀ, ਕੋਈ ਨੇੜੇ ਦਾ ਹੀ ਹੈ ਜੀ, ਉਹ ਹੈ ਸਹਿਜਧਾਰੀ, ਗੁਰੂ ਤੇਗ ਬਹਾਦਰ ਨਾਲ ਬੜਾ ਪਿਆਰ ਕਰਦਾ ਹੈ। ਸ਼ੀਸ਼ਗੰਜ ਸਾਹਿਬ ਨਾਲ ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੇ, ਸਭ ਥਾਈ ਹੋਏ ਸਹਾਏ। ਲਾਈਵ ਜਾ ਰਿਹਾ ਪ੍ਰੋਗਰਾਮ, ਜਿਹੜੇ ਜਿੰਨੇ ਤਰਕ ਕਰਨੀ ਉਹ ਭਾਵੇਂ ਤਰਕ ਕਰੀ ਜਾਵੇ, ਪਰ ਮੈਂ ਉਹਦਾ ਕੂਕਰ ਹੋਣ ਦੇ ਨਾਤੇ ਇੱਧਰ ਦੀ ਸਾਰੀ ਸੰਗਤ ਨੂੰ ਬੇਨਤੀ ਕਰਦਾ, ਜਿਹੜਾ ਰੋਜ਼ ਉੱਥੇ ਹਾਜ਼ਰੀ ਭਰਦਾ ਹੈ ਨਾ, ਕੁਛ ਵੀ ਨਾ ਕਰੇ, ਕੁਛ ਵੀ ਨਾ ਕਰੇ, ਬਸ 5 ਮਿੰਟ ਗੁਰੂ ਤੇਗ ਬਹਾਦਰ ਦਾ ਮੁਖੜਾ ਹੀ ਦੇਖ ਕੇ ਆ ਜਾਵੇ, ਸਾਰੀ ਜ਼ਿੰਦਗੀ ਉਹਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਈ। ਉਹ ਵੰਡਣ ਵਾਲਾ ਤੇ ਬਣੇਗਾ, ਕਦੀ ਕਿਸੇ ਤੋਂ ਮੰਗਣ ਵਾਲਾ ਨਹੀਂ ਬਣੇ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਦੇ ਬਚਨ ਅੱਜ ਵੀ ਵਰਤ ਰਹੇ ਨੇ। ਉਹ ਸਹਿਜਧਾਰੀ ਹੈ, ਪ੍ਰਾਪਰਟੀ ਡੀਲਰ। ਹਫ਼ਤੇ ਪਹਿਲੇ ਕੋਈ ਸਾਡੀ ਮੀਟਿੰਗ ਹੋਈ ਕਿਸੇ ਗੱਲ ਪਿੱਛੇ,
ਉਹਨੇ ਦੱਸਿਆ ਮੈਨੂੰ, ਕਹਿੰਦਾ ਮੈਂ ਹਰ ਮਹੀਨੇ ਬਾਬਾ ਬਕਾਲੇ ਜਾਂਦਾ ਸੀ, ਗੁਰੂ ਤੇਗ ਬਹਾਦਰ ਦਾ ਸਥਾਨ ਹੈ ਭੋਰਾ ਸਾਹਿਬ, ਉੱਥੇ ਬਣਿਆ। ਗੁਰੂ ਹਰਕਿਸ਼ਨ ਸਾਹਿਬ ਨੇ ਬਚਨ ਕੀਤੇ ਸੀ ਬਾਬਾ ਵਸੇ ਗ੍ਰਾਮ ਬਕਾਲੇ, ਉਹ ਉਸ ਸਥਾਨ ਦੇ ਜਿੱਥੇ ਭੋਰੇ ਚ ਮਹਾਰਾਜ ਨੇ ਤਪ ਕੀਤਾ। ਕਹਿੰਦੇ ਐਸਾ ਕੋਈ ਮੇਰੇ ਤੇ ਭੀੜ ਬਣ ਗਈ, ਐਸਾ ਸਮਾਂ ਬਣ ਗਿਆ, ਮੈਂ ਪੈਸੇ ਪੈਸੇ ਦਾ ਮੁਤਾਜ ਹੋ ਗਿਆ। ਹਜੇ 2 ਸਾਲ ਪਹਿਲੀ ਗੱਲ ਹੈ, 2 ਸਾਲ ਪਹਿਲੀ ਮੈਂ ਉੱਠਾਂਗਾ, ਫੋਨ ਨੰਬਰ ਲੈ ਲੈਣਾ, ਸਿੱਧੀ ਗੱਲ ਕਰਨਾ, ਤੇਰੇ ਨਾਲ ਕੀ ਬੀਤੀ। ਉਹਦੀ ਅੱਖਾਂ ਚੋਂ ਪਾਣੀ ਨਹੀਂ ਰੁਕਦਾ, ਪਾਣੀ ਨਹੀਂ ਰੁਕਦਾ ਅੱਖਾਂ ਚੋਂ। ਜਿਨ੍ਹਾਂ ਸੱਜਣਾ ਨਾਲ ਉਹ ਬਾਬਾ ਬਕਾਲੇ ਜਾਂਦਾ ਸੀ ਹਰ ਮਹੀਨੇ, ਫਿਰ ਦਰਬਾਰ ਸਾਹਿਬ, ਜਦੋਂ ਤੁਹਾਨੂੰ ਪਤਾ ਮੁਸ਼ਕਲ ਬਣ ਜੇ, ਕੋਈ ਭੀੜ ਬਣ ਜੇ, ਕੋਈ ਦੁੱਖ ਆ ਜੇ, 2 ਹੀ ਰਸਤੇ ਹੁੰਦੇ ਨੇ, ਜਾਂ ਬੰਦਾ ਭਟਕ ਜਾਂਦਾ ਜਾਂ ਸਿੱਧੇ ਰਾਹ ਪੈ ਜਾਂਦਾ। ਦੁੱਖਾਂ ਵੇਲੇ ਹੀ ਹੁੰਦਾ, ਸੰਗਤ ਚੰਗੀ ਹੋ ਜੇ ਸੱਟਾਂ ਵੱਜ ਵੱਜ ਕੇ ਜੁੜ ਜਾਂਦਾ ਬੰਦਾ, ਸੰਗਤ ਮਾੜੀ ਹੋ ਜੇ ਬੰਦਾ ਗਲਤ ਸੰਗਤ ਚ ਬਹਿ ਜਾਂਦਾ। ਸੰਗਤ ਗਲਤ ਹੋ ਜੇ ਤੇ ਦੂਸਰੇ ਪਾਸੇ, ਜੇ ਸੰਗਤ ਚੰਗੀ ਹੋ ਜੇ ਤੇ ਫਿਰ ਸਹੀ ਪਾਸੇ। ਸਾਧ ਸੰਗਤ ਕਹਿ ਲੋ, ਕੋਈ ਕਰਮ ਐਸਾ ਆਇਆ ਉਹਦਾ ਅੱਗੇ, ਕੋਈ ਕਰਮ ਐਸਾ ਆਇਆ ਜਦੋਂ ਸਾਰੇ ਪਾਸੋਂ ਦੁੱਖਾਂ ਨੇ ਘੇਰ ਲਿਆ। ਉਹਨੇ ਇਹ ਵੀ ਦੱਸਿਆ, ਕਹਿੰਦੇ ਮੇਰੇ ਬੱਚੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਸੀ, ਮੇਰੇ ਕੋਲ ਫੀਸ ਭਰਨ ਜੋਗੇ ਪੈਸੇ ਨਹੀਂ ਸੀ ਹੁੰਦੇ, ਮੈਂ ਸਕੂਲ ਚੋਂ ਕੱਢ ਕੇ ਸਰਕਾਰੀ ਸਕੂਲਾਂ ਚ ਪਾ ਦਿੱਤੇ। ਕਹਿੰਦੇ ਕਰਜ਼ਾ ਚੜ ਗਿਆ, ਜਿਨ੍ਹਾਂ ਨੂੰ ਮੈਂ ਦਿੱਤੇ ਸੀ ਮੁਕਰ ਗਏ, ਮੈਨੂੰ ਦੇਣ ਤੋਂ ਵੀ ਇਨਕਾਰੀ ਹੋ ਗਏ। ਕਹਿੰਦੇ ਮੈਂ ਪੈਸੇ ਪੈਸੇ ਦਾ ਮੁਤਾਜ ਹੋ ਗਿਆ। ਮੈਂ ਆਪਣੇ ਮਿੱਤਰਾਂ ਨੂੰ ਕਿਹਾ, ਮੈਂ ਕਿਹਾ ਹਰ ਮਹੀਨੇ ਬਾਬਾ ਬਕਾਲੇ ਜਾਂਦੇ ਹਾਂ, ਦਿੱਲੀ ਚ ਸੀਸਗੰਜ ਸਾਹਿਬ ਹੈ, ਅਸੀਂ ਦਿੱਲੀ ਸੀਸਗੰਜ ਸਾਹਿਬ ਹੁੰਦਿਆਂ ਕਦੀ ਮੱਥਾ ਟੇਕਣ ਨਹੀਂ ਗਏ, ਆਪਾਂ ਰੋਜ਼ ਦਾ ਪ੍ਰੋਗਰਾਮ ਬਣਾ ਕੇ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਆਇਆ ਕਰਾਂਗੇ। ਹਜੇ 2 ਸਾਲ ਪਹਿਲੀ ਗੱਲ ਹੈ। ਤੁਹਾਨੂੰ ਪਤਾ ਦੁੱਖ ਚ ਬਾਣੀ ਪੜਨ ਦਾ ਵੀ ਕਿੰਨਾ ਸਵਾਦ ਆਉਂਦਾ, ਦੁੱਖ ਚ ਹਾਜ਼ਰੀ ਭਰਨ ਦਾ ਵੀ ਕਿੰਨਾ ਸਵਾਦ ਆਉਂਦਾ। ਸੁੱਖ ਤੇ ਆਲਸੀ ਬਣਾ ਦਿੰਦੇ ਨੇ, ਸਹੂਲਤਾਂ ਤੇ ਆਲਸੀ ਬਣਾ ਦਿੰਦੀਆਂ। ਜਬ ਗਰੀਬੀ ਥੀ ਤਬ ਮਸਤੀ ਥੀ, ਬੇਸ਼ੱਕ ਨਾ ਮੇਰੀ ਹਸਤੀ ਥੀ, ਜਬ ਸ਼ੌਹਰਤ ਪੈਸਾ ਪਾਸ ਆਏ, ਮੈਂ ਇਨ ਦੋਨੋਂ ਕਾ ਹੋ ਬੈਠਾ, ਹਸਤੀ ਬਣਨੇ ਕੇ ਚੱਕਰ ਮੇਂ ਮੈਂ ਮਸਤੀ ਆਪਣੀ ਖੋ ਬੈਠਾ। ਮਸਤੀ ਗਵਾ ਜਾਂਦੀ। ਕਹਿੰਦਾ ਮੈਂ ਸੀਸਗੰਜ ਸਾਹਿਬ ਮੱਥਾ ਟੇਕਣ ਗਿਆ ਤੇ ਸਾਹਮਣੇ ਬਹਿ ਗਿਆ ਮਹਾਰਾਜ ਨੇ, ਅੱਖਾਂ ਬੰਦ ਕਰ ਲਈਆਂ ਤੇ ਰੋਈ ਜਾਵਾਂ। ਨਿਆਸਰਾ ਬਣ ਕੇ ਗਿਆ ਸੀ, ਨਿਮਾਣਾ ਹੋ ਕੇ ਗਿਆ ਸੀ, ਅੰਦਰ ਹੀ ਅੰਦਰ ਮੈਂ ਅਰਦਾਸਾਂ ਕਰ ਰਿਹਾ, ਸਤਿਗੁਰੂ ਕੈਸੀ ਹਾਲਤ ਹੋ ਗਈ, ਇਕਦਮ ਰਾਜੇ ਤੋਂ ਭਿਖਾਰੀ ਬਣ ਗਿਆ, ਇਕਦਮ ਰਾਜੇ ਤੋਂ ਭਿਖਾਰੀ। ਹਰ ਪਲ ਉਹਦਾ ਸ਼ੁਕਰ ਕਰਨਾ ਚਾਹੀਦਾ। ਪਤਾ ਨਹੀਂ ਲੱਗਦਾ ਪਿਆਰਿਓ ਕਿਸ ਵੇਲੇ ਅਸਮਾਨ ਤੇ ਚੜੇ ਬੰਦੇ ਨੂੰ ਧਰਤੀ ਤੇ ਪਟਕ ਦੇਵੇ। ਕੁਛ ਮਿਲ ਜੇ, ਪ੍ਰਾਪਤੀ ਹੋ ਜੇ, ਸ਼ੁਕਰਾਨੇ ਚ ਹੱਥ ਜੋੜਿਆ ਕਰੋ ਬਸ। ਕਦੀ ਨਾ ਫੁੱਲਿਆ ਕਰੋ, ਕਦੀ ਨਾ ਇਨਕਾਰ ਕਰਿਆ ਕਰੋ, ਪਤਾ ਨਹੀਂ ਲੱਗਦਾ ਕਿਸ ਵੇਲੇ ਕਿਹੜਾ ਪਰਚਾ ਪੈ ਜਾਂਦਾ। ਆ ਰਜੋਰੀ ਗਾਰਡਨ ਦੀ ਗੱਲ ਹੈ, ਕਈ ਟੇਪਾਂ ਚ ਵੀ ਰਿਕਾਰਡ ਹੈ। ਮੈਂ ਸਕੂਟਰ ਲੈ ਕੇ ਜਾ ਰਿਹਾ ਮੇਨ ਮਾਰਕੀਟ ਚ, ਇੱਕ ਸਰਦਾਰ ਜੀ ਸਰ ਤੇ ਦਸਤਾਰ ਵੀ ਨਹੀਂ, ਪਾਟੇ ਚ ਕੱਪੜੇ ਪਾਏ ਹੋਏ, ਹਰ ਬੰਦੇ ਨੂੰ ਹੱਥ ਦੇਣ, ਕੋਈ ਬੰਦਾ ਰੁਕੇ ਹੀ ਨਾ। ਉਹ ਸ਼ਕਲ ਤੋਂ ਇਸ ਤਰ੍ਹਾਂ ਲੱਗਦੇ ਸੀ, ਹਰਕਤਾਂ ਇਸ ਤਰ੍ਹਾਂ ਦੀ ਕਰਦੇ ਸੀ ਜਿਵੇਂ ਗਾਲੀ ਪੈ ਜਾਣਗੇ ਰੁਕੀਏ ਦੇ। ਮੈਂ ਸਕੂਟਰ ਹੌਲੇ ਹੌਲੇ, ਭੀੜ ਬੜੀ ਹੁੰਦੀ ਹੈ ਮੇਨ ਮਾਰਕੀਟ ਚ, ਤੇ ਮੇਰੇ ਅੱਗੇ ਖਲੋਵੇ, ਮੈਂ ਕਿਹਾ ਪਾਪਾ ਜੀ ਦੱਸੋ। ਕਹਿੰਦੇ ਮੇਰੀ ਗੱਲ ਸੁਣ ਕੇ ਜਾਓ, ਨਹੀਂ ਤੇ ਮੇਰੇ ਉੱਤੋਂ ਲੰਘਾ ਦਿਓ ਸਕੂਟਰ। ਮੈਂ ਕਿਹਾ ਪਾਪਾ ਜੀ ਹੋਇਆ ਕੀ, ਇਹਨੇ ਭਰੇ ਕਿਉਂ? ਮੈਂ ਰੁਕਿਆ, ਕਹਿੰਦੇ ਉਹ ਸਾਹਮਣੇ 2 ਦੁਕਾਨਾਂ ਨੇ ਨਾ, ਇਹ ਕਦੀਆਂ ਮੇਰੀਆਂ ਹੁੰਦੀਆਂ ਸੀ, ਇਹ ਸਾਹਮਣੇ 2 ਦੁਕਾਨਾਂ ਨੇ ਕਦੀ ਮੇਰੀਆਂ ਹੁੰਦੀਆਂ ਸੀ। ਮੈਂ ਸਮਝ ਗਿਆ, ਮੈਂ ਕਿਹਾ ਪਾਪਾ ਜੀ ਸੱਚ ਦੱਸੋ, ਜਦੋਂ ਤੁਹਾਡੀਆਂ ਹੁੰਦੀਆਂ ਸੀ ਉਦੋਂ ਬੋਲਬਾਣੀ ਕਿਸ ਤਰ੍ਹਾਂ ਦੀ ਸੀ? ਕਹਿੰਦੇ ਆਪਣੇ ਕੀਤੇ ਕਰਮ ਭੋਗ ਰਹੇ ਹਾਂ, ਉਦੋਂ ਬੜਿਆਂ ਦੇ ਦਿਲ ਦੁਖਾਏ ਨੇ, ਬੜੀਆਂ ਬਦਸੀਸਾਂ ਇਕੱਠੀਆਂ ਕੀਤੀਆਂ, ਅੱਜ ਉਹੀ ਬਦਸੀਸਾਂ ਨੇ ਮੈਨੂੰ ਸੜਕ ਤੇ ਲਿਆ ਤਾ। ਉਹ ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ, ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ, ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ, ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ।
ਨਹੀਂ ਕਹਿਣਾ, ਮਨ ਮੇ ਰਹਿਣਾ। ਬਾਣੀ ਦੇ ਵਚਨ ਨੇ ਕਹਿੰਦੇ ਅਹੰਕਾਰ ਚ ਬੋਲੀ ਨਾ ਸੁਣਦੇ ਨੇ ਉਹਦੇ ਕੰਨ, ਸੁਣਦਾ ਉਹ। ਇਸ ਕਰਕੇ ਨਿਮਰਤਾ ਜੀ ਠੀਕ ਹੈ ਕੰਮ, ਜੇ ਚਾਹੁੰਦੇ ਹੋ ਸਾਰੀ ਜ਼ਿੰਦਗੀ ਭਾਗ ਲੱਗੇ ਰਹਿਣ ਫਿਰ ਇਸ ਤਰ੍ਹਾਂ ਹੀ ਬਣ ਕੇ ਰਹੋ। ਉਹਨੂੰ ਦਾਤਾ ਜਾਣਿਓ, ਆਪ ਭਿਖਾਰੀ ਬਣ ਕੇ ਰਹਿਣਾ ਚਾਹੀਦਾ, ਅਰਦਾਸ ਹੀ ਕਰਨੀ ਚਾਹੀਦੀ। ਬਸ ਪਾਤਸ਼ਾਹ ਮਿਹਰ ਕਰਦੇ ਹੈ, ਫਿਰ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਨ। ਪਰਚੇ ਪਰਚੇ ਪੈਂਦੇ ਨੇ, ਬੰਦਾ ਨਿਕਲ ਹੀ ਨਹੀਂ ਸਕਦਾ, ਇੱਕ ਇੱਕ ਪਲ ਕੱਟਣਾ ਔਖਾ ਹੋ ਜਾਂਦਾ ਜੀ। ਜਦੋਂ ਮੂੰਹ ਫੇਰ ਲਵੇ ਇੱਕ ਇੱਕ ਪਲ ਗੁਜ਼ਾਰਨਾ ਔਖਾ ਹੋ ਜਾਂਦਾ ਜੇ, ਪਰ ਜਦੋਂ ਬੰਦਾ ਮੈਂ ਨੂੰ ਛੱਡ ਕੇ ਨਿਮਰਤਾ ਵਿੱਚ ਆ ਜਾਵੇ, ਸੱਚੇ ਪਾਤਸ਼ਾਹ ਨੂੰ ਕਲੇਜੇ ਨਾਲ ਲਾ ਲੈਂਦੇ, ਮਿਹਰ ਕਰਦੇ। ਉਹ ਦੱਸਦਾ ਮੈਨੂੰ, ਕਹਿੰਦਾ ਮੈਂ ਰੋਨਾ ਸੀ, ਮੇਰੀ ਅੱਖਾਂ ਭਰੀਆਂ ਨੀਰ ਵਹੀ ਜਾਂਦਾ ਸੀ, ਮੈਂ ਅੰਦਰੋਂ ਅਰਦਾਸਾਂ ਕਰਦਾ ਸੀ, ਮਹਾਰਾਜ ਕੈਸੀ ਖੇਡ ਬਣ ਗਈ, ਜਿਵੇਂ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਸੀ ਮੇਰੀ ਵੀ ਫੜ ਲੈ। ਇੱਥੇ ਹੀ ਰਹਿੰਦਾ ਤੁਹਾਡੇ ਨੇੜੇ ਹੀ ਕਿਸ਼ਨਾ ਪਾਰਕ ਹੀ। ਆ ਹਫ਼ਤੇ ਪਹਿਲੇ ਦੀ ਗੱਲ ਹੈ ਜੋ ਮੈਨੂੰ ਉਹਨੇ ਦੱਸੀ, ਕਹਿੰਦੇ 2 ਸਾਲ ਪਹਿਲੀ ਗੱਲ ਹੈ ਵੀਰ ਜੀ, ਮੈਂ ਇੰਨਾ ਰੋ ਰਿਹਾ ਸੀ, ਮੈਨੂੰ ਪਤਾ ਨੀ ਕੌਣ ਆ ਰਿਹਾ ਕੌਣ ਜਾ ਰਿਹਾ, ਅਸੀਂ ਤੇ ਅੱਖਾਂ ਖੋਲ ਖੋਲ ਵੇਖੀ ਜਾਂਦੇ ਹਾਂ ਨਾ ਕੌਣ ਆਇਆ। ਕਈ ਵਾਰੀ ਕੀਰਤਨ ਕਰਨ ਵਾਲੇ ਵੀ ਅੱਖਾਂ ਖੋਲ ਖੋਲ ਕੇ ਕਿਹੜੇ ਕਿਹੜੇ ਬੰਦੇ ਬੈਠੇ ਨੇ, ਉਹ ਇਹਦਾ ਤੇ ਇਹ ਕੰਮ ਹੈ, ਇਹਦਾ ਤੇ ਇਹ ਕੰਮ ਹੈ, ਚੱਲ ਅੱਛਾ ਟੋਰ ਬਣੀ ਰਹੇਗੀ ਸਾਡੀ, ਕਦੀ ਕੋਈ ਮੁਸ਼ਕਿਲ ਪਏਗੀ ਤੇ ਬੰਦਾ ਕੰਮ ਵਾਲੇ ਬੰਦੇ ਦੇ ਪਿੱਛੇ ਹੋ ਜਾਂਦੇ। ਇਹਦੇ ਨਾਲ ਇਹਨੂੰ ਰਿਝਾਉਣ ਵਾਸਤੇ ਕਰੋ ਕੀਰਤਨ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹਨੂੰ ਰਿਝਾਉਣ ਵਾਸਤੇ ਸੇਵਾ ਕਰੋ। ਜੇ ਇਹ ਰੀਝ ਗਿਆ ਵੱਡੇ ਵੱਡੇ ਮੰਤਰੀ ਸੰਤਰੀ ਤੇਰੇ ਪੈਰਾਂ ਚ ਰੁੱਲਣਗੇ। ਇਹਨੂੰ ਰਿਝਾਉਣ ਵਾਸਤੇ ਕਰੋ ਕੀਰਤਨ, ਇਹਨੂੰ ਰਿਝਾਓ। ਜੇ ਇਹ ਰੀਝ ਗਿਆ ਪਿਆਰਿਓ, ਫਿਰ ਕਿਸੇ ਦੀ ਮੁਤਾਜ਼ਗੀ ਨਹੀਂ ਰਹੇਗੀ ਜ਼ਿੰਦਗੀ, ਕਿਸੇ ਦੀ ਮੁਤਾਜ਼ਗੀ ਨਹੀਂ ਰਹੇਗੀ। ਕਾਦਰ ਦਾ ਫਿਰ ਭੰਗ ਕਰ ਰਹੇ ਹੋ ਥੋੜੀ, ਸਮਾਪਤੀ ਕਰ ਰਹੇ ਹਾਂ, ਚਲੋ ਆਪਾਂ ਥੋੜਾ ਜਿਹਾ ਟਿਕ ਜਾਓ, ਥੋੜਾ ਟਿੱਕੋ, ਸਮਾਪਤੀ ਕਰ ਰਹੇ ਹਾਂ ਬਸ। ਸਾਧ ਸੰਗਤ ਉਹ ਕਹਿੰਦਾ ਮੈਂ ਰੋਈ ਜਾਵਾਂ, ਅੱਖਾਂ ਚੋਂ ਪਾਣੀ ਨਿਕਲੀ ਜਾਵੇ, ਅੰਦਰੋਂ ਅਰਦਾਸਾਂ ਕਰੀ ਜਾਵਾਂ, ਸਤਿਗੁਰੂ ਬਾਹ ਫੜ। ਇੱਕ ਸਰਦਾਰ ਜੀ ਕਹਿੰਦੇ ਆ ਰਹੇ ਸੀ, ਮੈਨੂੰ ਤੇ ਪਤਾ ਨੀ, ਮੈਨੂੰ ਤੇ ਬਾਅਦ ਚੋਂ ਪਤਾ ਲੱਗਿਆ, ਸੰਗਤ ਨੇ ਦੱਸਿਆ। ਇੱਕ ਸਰਦਾਰ ਜੀ ਆ ਰਹੇ ਸੀ ਤੇ ਪੰਜਾਬ ਦੀ ਗੱਡੀ ਨਵੀਂ, ਇਸ ਤਰ੍ਹਾਂ ਗੱਡੀ ਖੋਲੀ ਉਹਨਾਂ ਨੇ ਤੇ ਉਹ ਪਤਾ ਨੀ ਮੱਥਾ ਟੇਕਣਾ ਸੀ ਕੀ ਕਰਨਾ ਸੀ, ਨੋਟ ਇਸ ਤਰ੍ਹਾਂ ਖਿਲਾਰ ਲਏ ਉਹਨਾਂ ਨੇ ਹੱਥ ਵਿੱਚ ਸਰਦਾਰ ਜੀ ਨੇ, ਪਤਾ ਨੀ ਪੈਰ ਤਿਲਕਿਆ ਜਾਂ ਕੀ ਹੋਇਆ, ਚੱਦਰ ਅੜ ਗਈ ਜਾਂ ਕੀ ਹੋਇਆ, ਉਹਨਾਂ ਦਾ ਪੈਰ ਤਿਲਕਿਆ ਤੇ ਡਿੱਗ ਪਏ ਤੇ ਸਾਰੀ ਜਿਹੜੀ ਪੰਜਾਬ ਦੀ ਗੱਡੀ ਸੀ ਨਾ, ਕਹਿੰਦੇ ਮੇਰੇ ਉੱਤੇ ਪੈਸਿਆਂ ਦੀ ਬਰਸਾਤ ਹੋ ਗਈ, ਮੈਂ ਬੈਠਾ ਸੀ ਮੈਨੂੰ ਤੇ ਪਤਾ ਨੀ। ਉਹ ਸਰਦਾਰ ਜੀ ਇਸ ਤਰ੍ਹਾਂ ਪੰਜਾਬ ਦੀ ਗੱਡੀ ਨਵੀਂ ਗਿਣ ਰਹੇ ਸੀ, ਪਤਾ ਨੀ ਕੀ ਕਰ ਰਹੇ ਸੀ, ਕਹਿੰਦੇ ਪੈਰ ਤਿਲਕਿਆ ਉਹ ਸਾਰੀ ਪੰਜਾਬ ਦੀ ਗੱਡੀ ਮੇਰੇ ਤੇ ਬਰਸਾਤ ਹੋ ਗਈ। ਮੈਂ ਅੱਖਾਂ ਖੋਲੀਆਂ ਤੇ 2-3 ਪ੍ਰੇਮੀ ਆ ਕੇ ਨਾ ਮੈਨੂੰ ਚੁੰਮਦੇ ਨੇ, ਕਹਿੰਦੇ ਓਏ ਤੂੰ ਕਰਮਾਂ ਵੱਲ ਹੈ, ਤੈਨੂੰ ਗੁਰੂ ਤੇਗ ਬਹਾਦਰ ਨੇ ਇਸ਼ਾਰਾ ਦੇ ਦਿੱਤਾ ਜੀ। ਕਹਿੰਦਾ ਸਮਝਿਆ ਨੀ, ਕਹਿੰਦਾ ਭੋਲਿਆ ਅਜੇ ਵੀ ਨੀ ਸਮਝਿਆ, ਉਹ ਤੇਰੇ ਤੇ ਬਰਸਾਤ ਹੋ ਗਈ ਮਹਾਰਾਜ, ਕਹਿੰਦੇ ਜਾ ਫਿਰ ਤੇਰੇ ਤੇ ਬਰਸਾਤ ਹੋਣ ਵਾਲੀ ਹੈ। ਕਹਿੰਦੇ 2 ਸਾਲ ਹੋਏ ਨੇ ਹੁਣ, ਮਹਾਰਾਜ ਪ੍ਰਤੱਖ ਥੋੜਾ ਨਾ ਬੋਲਣਗੇ, ਜਿਹੜਾ ਅੰਦਰੋਂ ਅਰਦਾਸ ਕਰ ਰਿਹਾ ਉਹਦੀ ਦੇਖੋ ਆਸ ਕਿਵੇਂ ਪੂਰੀ ਕਰ ਰਹੇ। ਕਹਿੰਦਾ 2 ਸਾਲ ਹੋਏ ਨੇ, ਐਸੀ ਲਹਿਰਾਂ ਬਹਿਰਾਂ ਲੱਗ ਗਈਆਂ, ਐਸੀ ਲਹਿਰਾਂ ਬਹਿਰਾਂ ਲੱਗ ਗਈਆਂ, ਕਈ ਪ੍ਰਾਪਤੀਆਂ ਦੇ ਸੌਦੇ ਕਹਿੰਦੇ ਮੇਰੇ ਨਾਂ ਲੱਗੇ ਹੋਏ। ਇਸ ਤਰ੍ਹਾਂ ਤਕਦੀਰਾਂ ਪੁੱਠੀਆਂ ਸਿੱਧੀਆਂ ਹੋਏ। ਬਸ ਭਾਵਨਾ ਸ਼ਰਧਾ ਭਰੋਸਾ ਰੱਖੋ ਉਹਦੇ ਤੇ, ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਜੀ। ਸਾਧ ਸੰਗਤ ਤੇ ਸੁਲੱਖਣੀ ਭਾਈ ਗੁਰਦਾਸ ਜੀ ਸਾਰੀ ਗੱਲ ਦੱਸਦੇ ਤੇ ਕਹਿੰਦੇ ਜਾ 6ਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਨੇ, ਉਹਨਾਂ ਨੂੰ ਜਾ ਕੇ ਬੇਨਤੀ ਕਰ। ਪਹਿਲੀ ਵਾਰ ਗਈ ਜੀ, ਜਦੋਂ ਇਹਦੀ ਵਾਰੀ ਆਈ, ਮਹਾਰਾਜ ਕਹਿੰਦੇ ਬੀਬੀ ਕੀ ਚਾਹੀਦਾ, ਕਹਿੰਦੀ ਜੀ ਪੁੱਤਰ ਦੀ ਦਾਤ। ਮਹਾਰਾਜ ਖਾਮੋਸ਼ ਹੋ ਗਏ, 2 ਮਿੰਟ ਵਾਸਤੇ ਅੱਖਾਂ ਮੀਟ ਲਈਆਂ, ਫਿਰ ਖੋਲ ਕੇ ਕਹਿੰਦੇ ਬੀਬੀ ਤੇਰੇ ਕਰਮਾਂ 'ਚ 7 ਜਨਮਾਂ ਤੱਕ ਔਲਾਦ ਨਹੀਂ ਲਿਖੀ, ਇਤਿਹਾਸ ਹੈ ਸਾਡਾ। ਨਿਰਾਸ਼ ਹੋ ਕੇ ਵਾਪਸ ਆ ਗਈ। ਅਗਲੇ ਦਿਨ ਭਾਈ ਗੁਰਦਾਸ ਜੀ ਮਿਲੇ, ਕਹਿੰਦੇ ਕੀ ਗੱਲ ਹੋਈ ਉੱਥੇ ਤੇ, ਜਿਹੜੇ ਰੋਂਦੇ ਜਾਂਦੇ ਹੱਸਦੇ ਆਂਦੇ ਤੂੰ ਫਿਰ ਰੋਂਦੀ ਆਈ। ਕਹਿੰਦੀ ਭਾਈ ਸਾਹਿਬ ਅੱਗੇ ਤੇ ਆਸ ਸੀ ਚੱਲ ਹੋ ਜਾਏਗਾ,
ਜਿਨ੍ਹਾਂ ਕੋਲ ਭੇਜਿਆ ਸੀ ਉਹਨਾਂ ਨੇ ਕਹਿਤਾ ਸੱਤ ਜਨਮਾਂ ਤੱਕ ਤੇਰੇ ਕਰਮਾਂ ਚ ਔਲਾਦ ਨਹੀਂ ਲਿਖੀ। ਦੇਖੋ ਭਰੋਸਾ ਕਿਹੋ ਜਿਹਾ ਹੋਵੇ। ਭਾਈ ਸਾਹਿਬ ਕਹਿੰਦੇ, ਭਾਈ ਸਾਹਿਬ ਦੀ ਬੈਟਰੀ ਚਾਰਜ ਸੀ ਨਾ, ਭਾਈ ਸਾਹਿਬ ਕਹਿੰਦੇ ਤੂੰ ਵਾਪਸ ਕਿਉਂ ਆ ਗਈ? ਕਹਿੰਦੀ ਕੀ ਕਰਦੀ? ਉਹ ਕਹਿੰਦੇ ਤੇਰੇ ਕਰਮਾਂ ਚ ਸੱਤ ਜਨਮਾਂ ਤੱਕ ਔਲਾਦ ਨਹੀਂ ਲਿਖੀ। ਭਾਈ ਸਾਹਿਬ ਕਹਿੰਦੇ ਤੂੰ ਖੜ ਜਾਣਾ ਸੀ, ਤੂੰ ਕਹਿਣਾ ਸੀ ਲਿਖਣ ਵਾਲਾ ਤੇ ਤੂੰ ਹੀ, ਉੱਥੇ ਮੇਰੇ ਮਾੜੇ ਕਰਮਾਂ ਕਰਕੇ ਨਹੀਂ ਲਿਖੀ, ਇੱਥੇ ਮੇਰੀ ਅਰਦਾਸ ਸੁਣ ਕੇ ਲਿਖ ਦੇ। ਸਾਧ ਸੰਗਤ ਜਦੋਂ ਬੈਟਰੀ ਚਾਰਜ ਵਾਲੇ ਦੀ ਸੰਗਤ ਹੋਈ ਤੇ ਸੁਲੱਖਣੀ ਦੀ ਬੈਟਰੀ ਚਾਰਜ ਹੋ ਗਈ। ਸੰਗਤ ਹੀ ਹੈ ਜਿਹੜੀ ਰੰਗਤ ਚਾੜ ਦਿੰਦੀ ਏ। ਸ਼ਰਾਬੀਆਂ ਦੀ ਸੰਗਤ ਕਰੋਗੇ ਸ਼ਰਾਬ ਪੀਣ ਦੀ ਲੱਤ ਪਾ ਦੇਣਗੇ, ਜੁਆਰੀਆਂ ਦੀ ਕਰੋਗੇ ਜੂਆ ਖੇਡਣ ਦੀ ਲੱਤ ਪਾ ਦੇਣਗੇ, ਕਾਮੀ ਪੁਰਸ਼ਾਂ ਦੀ ਸੰਗਤ ਕਰੋਗੇ ਵਾਸਨਾ ਨੂੰ ਵਧਾ ਦੇਣਗੇ, ਬਖਸ਼ੀਆਂ ਦੀ ਸੰਗਤ ਕਰੋਗੇ ਬਖਸ਼ਵਾ ਦੇਣਗੇ, ਨਿਤਨੇਮੀਆਂ ਦੀ ਸੰਗਤ ਕਰੋਗੇ ਨਿਤਨੇਮ ਦਾ ਰੰਗ ਚਾੜ ਦੇਣਗੇ। ਬਸ ਇਸ ਤਰ੍ਹਾਂ ਜਿਵੇਂ ਕਨੈਕਸ਼ਨ ਜੁੜ ਗਿਆ, ਸੁਲੱਖਣੀ ਦੀ ਬੈਟਰੀ ਹੋ ਗਈ ਚਾਰਜ। ਦੁਬਾਰਾ ਗਈ, ਇਹਦੀ ਵਾਰੀ ਆਈ ਤੇ ਕਹਿੰਦੀ ਪਾਤਸ਼ਾਹ ਮੇਰੀ ਝੋਲੀ ਵੀ ਪਰ ਮਾਰੇ। ਕਹਿੰਦੋ ਬੀਬੀ ਤੂੰ ਤੇ ਕੱਲ ਵੀ ਆਈ ਸੀ। ਹਾਂ ਮੈਂ ਕਦ ਕਹਿੰਦੀ ਆ ਨੀ ਆਈ ਸੀ। ਮਾਰੇ ਕਹਿੰਦੇ ਤੈਨੂੰ ਕਿਹਾ ਨੀ ਸੀ? ਕੀ ਕਿਹਾ ਸੀ ਦੱਸ ਫਿਰ ਜਰਾ, ਹੁਣ ਬੈਟਰੀ ਚਾਰਜ ਸੀ। ਮਾਰੇ ਕਹਿੰਦੇ ਤੈਨੂੰ ਕਿਹਾ ਸੀ ਤੇਰੇ ਕਰਮਾਂ ਚ ਸੱਤ ਜਨਮਾਂ ਤੱਕ ਔਲਾਦ ਨੀ ਲਿਖੀ। ਢੀਠ ਬਣ ਗਈ, ਚਰਨ ਫੜ ਲੈ ਮਹਾਰਾਜ ਘੋੜੇ ਤੇ ਸਵਾਰ ਸੀ, ਕਹਿਣ ਲੱਗੀ ਕਿ ਕਰਮ ਲਿਖਣ ਵਾਲਾ ਤੇ ਦੂਈ, ਉੱਥੇ ਮੇਰੇ ਮਾੜੇ ਕਰਮਾਂ ਕਰਕੇ ਨੀ ਲਿਖੀ, ਇੱਥੇ ਅਰਦਾਸ ਸੁਣ ਕੇ ਲਿਖਦੇ। ਮਹਾਰਾਜ ਸਮਝ ਗਏ ਇਹਨੂੰ ਸੰਗਤ ਹੋਈ ਕਿਸੇ ਬਖਸ਼ੇ ਦੀ। ਕੱਲ ਤੇ ਕੁਛ ਹੋਰ ਸੀ, ਕੱਲ ਵੀ ਤੇ ਕਹਿ ਸਕਦੀ ਸੀ, ਅੱਜ ਤੇ ਬਿਲਕੁਲ ਬਦਲੀ ਹੋਈ। ਮਹਾਰਾਜ ਨੇ ਨਾ ਫਿਰ ਟਾਲਣ ਵਾਸਤੇ ਕਿਹਾ, ਅੱਛਾ ਲਿਖਾਂ ਕਿਹਦੇ ਤੇ? ਨਾ ਕਾਗਜ਼ ਨਾ ਕਲਮ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੜੇ ਦੀ ਠੀਕਰੀ ਟੁੱਟੀ ਸੀ, ਉਹ ਚੁੱਕੀ ਤੇ ਆਖਿਆ ਆ ਲੈ ਠੀਕਰੀ, ਪੱਥੇ ਚੋ ਤੀਰ ਕੱਢ ਤੇ ਤੀਰ ਨਾਲ ਹੀ ਲਿਖ ਦੇਵੇ। ਮਾਰੇ ਘੋੜੇ ਤੇ ਬਹਿ ਕੇ ਨਾ ਫਿਰ ਏਕਾ ਲਿਖਣ ਲੱਗੇ ਏਕਾ। ਘੋੜੇ ਦੇ ਕੰਨ ਚ ਕਹਿੰਦੀ, ਦੇਖੋ ਜਦੋਂ ਭਾਵਨਾ ਪ੍ਰਬਲ ਹੋ ਗਈ, ਜਦੋਂ ਸ਼ਰਧਾ ਦਾ ਹੜ ਆ ਗਿਆ, ਉਦੋਂ ਗੁਰੂ ਸਾਹਿਬ ਦੇ ਘੋੜੇ ਚ ਵੀ ਭਾਵਨਾ ਬਣ ਗਈ। ਘੋੜੇ ਦੇ ਕੰਨ ਚ ਕਹਿੰਦੀ, ਉਹ ਮੇਰੀ ਗੱਲ ਸੁਣ, ਮੈਂ ਤੇ ਸੁਣਿਆ ਗੁਰੂ ਨਾਨਕ ਦੇ ਘਰ ਦੇ ਕੁੱਤਿਆਂ ਵਿੱਚ ਵੀ ਤਾਕਤ ਹੁੰਦੀ, ਤੂੰ ਤੇ ਘੋੜਾ ਕੋਈ ਕਮਾਲ ਵਿਖਾ। ਕਹਿੰਦੇ ਜਦੋਂ ਇੰਨੀ ਗੱਲ ਕਹੀ, ਬਸ ਇਤਿਹਾਸ ਹੀ ਬਣਨਾ ਸੀ, ਸਾਡੇ ਬੇਸਿਦਕਿਆਂ ਵਾਸਤੇ ਕੋਈ ਨਾ ਕੋਈ ਰਸਤਾ ਹੀ ਬਣਨਾ ਸੀ। ਜਦੋਂ ਇੰਨੀ ਗੱਲ ਕਹੀ ਤੇ ਘੋੜੇ ਨੇ ਲੱਤ ਲਾਈ, ਏਕਾ ਪਾਰੇ ਸੀ ਏਕੇ ਦਾ ਸਾਤਾ ਬਹਿ ਗਿਆ, ਏਕਾ ਪਾਰੇ ਸੀ ਏਕੇ ਦਾ ਸਾਤਾ ਬਹਿ ਗਿਆ। ਸਾਧ ਸੰਗਤ ਜੀ ਮਹਾਰਾਜ ਹੱਸ ਪਏ, ਕਹਿਣ ਲੱਗੇ ਘੋੜੇ ਦੇ ਕੰਨ ਤੇ ਕੀ ਕਿਹਾ ਤੂੰ? ਕਹਿਣ ਲੱਗੀ, ਮੈਂ ਤੇ ਕੁਛ ਨੀ ਕਿਹਾ, ਮੈਂ ਤੇ ਇੰਨਾ ਹੀ ਕਿਹਾ ਗੁਰੂ ਨਾਨਕ ਦੇ ਘਰ ਦੇ ਕੁੱਤਿਆਂ ਵਿੱਚ ਵੀ ਤਾਕਤ ਹੁੰਦੀ, ਤੂੰ ਘੋੜਾ ਕੋਈ ਕਮਾਲ ਵਿਖਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਨੇ ਤੇ ਉਹ ਕਮਾਲ ਵਿਖਾਤਾ, ਸਾਡੇ ਤੋਂ ਵੀ ਅੱਗੇ ਵੱਧ ਗਏ, ਅਸੀਂ ਤੇ ਏਕਾ ਲਿਖ ਰਹੇ ਸੀ, ਹੁਣ ਸਾਤਾ ਪੈ ਗਿਆ। ਜਾ ਸੁਲੱਖਣੀ ਬਚਨ ਕਰਦਿਆਂ, ਤੇਰੇ ਵਿਹੜੇ ਚ ਸੱਤ ਪੁੱਤਰ ਖੇਡਣਗੇ। ਕਿਸੇ ਨੂੰ ਸ਼ੱਕ ਹੋਵੇ, ਗੁਰੂ ਕੇ ਮਹਿਲ ਜਾਇਓ ਅੰਮ੍ਰਿਤਸਰ, ਗੁਰੂ ਕਾ ਮਹਿਲ ਜਿੱਥੇ ਗੁਰੂ ਤੇਗ ਬਹਾਦਰ ਦਾ ਆਗਮਨ ਹੋਇਆ, ਉੱਥੇ ਦੇ ਜਿਹੜੇ ਇਸ ਵੇਲੇ ਹੈੱਡ ਗ੍ਰੰਥੀ ਨੇ, ਲਾਈਵ ਜਾ ਰਿਹਾ ਪ੍ਰੋਗਰਾਮ, ਅਸੀਂ ਗਏ ਉੱਥੇ ਮੱਥਾ ਟੇਕਣ ਵਾਸਤੇ, ਬੜੇ ਖਿੜੇ ਮੱਥੇ ਹੈੱਡ ਗ੍ਰੰਥੀ ਸਾਹਿਬ ਸਾਨੂੰ ਆ ਕੇ ਮਿਲੇ ਤੇ ਕਹਿਣ ਲੱਗੇ, ਭਾਈ ਸਾਹਿਬ ਸਾਨੂੰ ਜਾਣਦੇ ਹੋ? ਮੈਂ ਕਿਹਾ ਜੀ ਅਸੀਂ ਤੇ ਪਹਿਲੀ ਵਾਰ ਮਿਲੇ ਹਾਂ, ਤੁਸੀਂ ਕੌਣ ਹੋ? ਹੈੱਡ ਗ੍ਰੰਥੀ ਸਾਹਿਬ ਨੂੰ ਅਸੀਂ ਕਿਹਾ ਤੁਸੀਂ ਕੌਣ ਹੋ? ਕਹਿਣ ਲੱਗੇ ਮੈਨੂੰ ਨੀ ਪਛਾਣਿਆ। ਮੈਂ ਕਿਹਾ ਜੀ ਕੌਣ ਹੋ? ਕਹਿੰਦੇ ਚੱਬੇ ਪਿੰਡ ਦੀ ਸੁਲੱਖਣੀ ਦਾ ਨਾਂ ਸੁਣਿਆ ਤੁਸੀਂ? ਸਾਖੀ ਅਸੀਂ ਜਾਣਦੇ ਸੀ। ਮੈਂ ਕਿਹਾ ਹਾਂ ਭਾਈ ਸਾਹਿਬ, ਜਿਹਦੇ ਘਰ ਇੱਕ ਪੁੱਤ ਨੀ ਸੀ, ਮਾਰਾ ਤੋਂ ਸੱਤ ਪੁੱਤਰ ਪੁਆਏ ਝੋਲੀ ਚ। ਤੇ ਮੈਂ ਕਿਹਾ ਹਾਂ ਜੀ ਜਾਣਦੇ ਹਾਂ। ਤੇ ਉਹ ਕਹਿਣ ਲੱਗੇ, ਮੈਂ ਉਸੇ ਸੁਲੱਖਣੀ ਦੇ ਕੁੱਲ ਚੋਂ ਹਾਂ, ਅੱਜ ਤੱਕ ਉਹਦੀ ਸੁਲੱਖਣੀ ਦੀ ਕੁੱਲ ਚੱਲ ਰਹੀ ਏ, ਜਿਹਦੇ ਕਰਮਾਂ ਚ ਇੱਕ ਪੁੱਤ ਨੀ ਸੀ ਲਿਖਿਆ, ਸੱਤ ਲਿਖਵਾ ਕੇ ਆਈ ਸੀ, ਜਿੱਥੇ ਸੱਤ ਲਿਖਵਾਏ ਸੀ ਉੱਥੇ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਬਣਿਆ ਹੋਇਆ। ਤਰਨ ਤਾਰਨ ਰੋਡ ਤੇ ਗੁਰਦੁਆਰਾ ਸੰਗਰਾਣਾ ਸਾਹਿਬ, ਜਿੱਥੇ ਮਹਾਰਾਜ ਨੇ ਦੀ ਝੋਲੀ ਭਰੀ। ਉਹ ਸ਼ਰਧਾ ਰੱਖੋ, ਭਾਵਨਾ ਰੱਖੋ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਸਾਹਿਬ ਦੇ ਘਰੋਂ ਨਹੀਂ ਮਿਲਦੀ? ਜਿੱਤੜੇ ਫਲ ਮਨ ਬਾਛੀ ਹੈ, ਤਿੱਤੜੇ ਸਤਿਗੁਰ ਪਾਸ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਬਸ ਅਸੀਂ ਤੇ ਫੋਰਮੈਲਟੀਆਂ ਹੀ ਕਰੀ ਜਾਂਦੇ ਹਾਂ। ਖੰਡ ਪਾਠ ਸਾਹਿਬ ਕਰਾਇਆ, ਗੁਰੂ ਸਾਹਿਬ ਘਰ ਆਏ, 48 ਘੰਟੇ ਕੰਧਾਂ ਨੇ ਪਾਠ ਸੁਣ ਲਿਆ ਸੀ, ਤੇ ਸੁਣਦੇ ਹੀ ਨਹੀਂ, ਸੁਣਦੇ ਹਾਂ ਅਸੀਂ
ਜਿਹੜਾ ਸੁਣਦਾ ਉਹਦੇ ਚਰਨਾਂ 'ਚ ਨਮਸਕਾਰ। ਅਸੀਂ ਤੇ ਭੋਗ ਵੇਲੇ ਆਉਂਦੇ ਹਾਂ ਬਸ ਟਾਈ ਸ਼ਾਈ ਲਾ ਕੇ ਠਾਠਾ ਵਾਟਾ ਬੰਨ ਕੇ ਮਾਇਆ ਲਾ ਕੇ ਪਗੜੀ ਨੂੰ। ਹੁਣ ਸਾਡੀ ਅਰਦਾਸ ਕਰਨਗੇ ਭਾਈ ਸਾਹਿਬ ਜੀ, ਭਾਈ ਸਾਹਿਬ ਤੇ ਕਰ ਦੇਣਗੇ ਅਰਦਾਸ, 2000 ਦਾ ਨੋਟ ਦੇਖਣਗੇ ਉਹ ਤੇਰੀ ਅਰਦਾਸ ਕਰ ਦੇਣਗੇ ਬਣਾ ਛਣਾ ਕੇ। ਪਰ ਜਿਹਦੇ ਜਿੰਨੇ ਝੋਲੀਆਂ ਭਰਨੀਆਂ ਉਹ ਜਾਣਦਾ ਨਹੀਂ, ਉਹ ਘਰ ਬੁਲਾ ਕੇ ਬੇਦਬੀ ਕੀਤੀ ਤੁਸੀਂ ਮੇਰੀ, ਘਰ ਬੁਲਾ ਕੇ ਬੇਦਬੀ ਕੀਤੀ ਹੈ ਤੁਸੀਂ ਮੇਰੀ, ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਸਾਂਭਣ ਤੇ ਲੱਗੇ ਰਹੇ, ਮੇਰੇ ਕੋਲ ਕੋਈ ਬੈਠਾ ਨਹੀਂ ਇੱਕ ਮਿੰਟ ਵੀ। ਉਹ ਜਾਣਦੇ ਨਹੀਂ ਜਿੰਨੇ ਝੋਲੀਆਂ ਭਰਨੀਆਂ ਉਹਦੀ ਅੱਖਾਂ ਬੰਦ ਨੇ, ਖੁੱਲੀਆਂ ਹੋਈਆਂ ਨੇ। ਘਰ ਅਖੰਡ ਪਾਠ ਸਾਹਿਬ ਰਖਾਓ, ਤੈਨੂੰ ਚਾਹ ਚੜਿਆ ਹੋਵੇ ਤੂੰ ਗਲੀਆਂ ਧੋ ਛੱਡੇ ਸਾਰੀਆਂ, ਮੇਰੇ ਗੁਰੂ ਸਾਹਿਬ ਨੇ ਆਣਾ ਉਦੋਂ ਰਖਾਓ ਅਖੰਡ ਪਾਠ ਸਾਹਿਬ ਜਦੋਂ ਕਿਸੇ ਰਿਸ਼ਤੇਦਾਰ ਮਿੱਤਰ ਨੂੰ ਨਾ ਸੱਦੋ। ਇਹਨਾਂ ਨੂੰ ਸਾਂਭਣ ਤੇ ਲੱਗੇ ਰਹਿੰਦੇ ਹਾਂ, ਗੁਰੂ ਸਾਹਿਬ ਨੂੰ ਕੌਣ ਸਾਂਭਦਾ ਪਿਆਰੇ। 48 ਘੰਟੇ ਬੋਲ ਕੇ ਚਲੇ ਜਾਂਦੇ, ਕੰਧਾਂ ਸੁਣ ਲੈਂਦੀਆਂ ਪਾਠ, 80 ਮਿੰਟ ਨਹੀਂ ਮਹਾਰਾਜ ਦੇ ਕੋਲ ਰਹਿੰਦੇ। ਫਿਰ ਜਿਹੋ ਜੇ ਸੁਣਨ ਵਾਲੇ ਉਹ ਜੇ ਕਰਨ ਵਾਲੇ, ਭਾਈ ਸਾਹਿਬ ਵੀ ਝਬਕੀਆਂ ਲੈ ਲੈਂਦੇ ਆਖੋ ਸਤਨਾਮ ਸ੍ਰੀ ਵਾਹਿ। ਇੱਕ ਜਗ੍ਹਾ ਅਸੀਂ ਗਏ, ਚਲੋ ਮੈਂ ਸ਼ਹਿਰ ਦੇ ਨਾਂ ਤੇ ਪਰਦਾ ਪਾ ਰਹੇ ਹਾਂ, ਉਸ ਘਰ ਅਸੀਂ ਰੁਕੇ ਸੀ ਤੇ ਉਸ ਸ਼ਹਿਰ ਵੀ ਸਾਡੇ 5 ਦੀਵਾਨ ਸੀ ਤੇ ਅਖੰਡ ਪਾਠ ਸਾਹਿਬ ਰੱਖਣਾ ਸੀ ਉਸੇ ਘਰ ਚ, ਸਵੇਰੇ 10 ਵਜੇ ਦਾ ਟਾਈਮ ਤੇ ਪਾਠ ਅਖੰਡ ਪਾਠ ਸਾਹਿਬ ਰੱਖ ਕੇ ਨਾ ਫਿਰ ਅਸੀਂ ਕੀਰਤਨ ਤੇ ਜਾਣਾ ਸੀ ਤੇ ਘਰ ਦੀ ਬੀਬੀ ਆਪਣੇ ਆਦਮੀ ਨੂੰ ਕਹਿੰਦੀ ਏ ਉਹ 10 ਵਜ ਗਏ ਜੇ ਘਰ ਅਖੰਡ ਪਾਠ ਸਾਹਿਬ ਰੱਖਣਾ ਜੇ ਗੁਰੂ ਸਾਹਿਬ ਨੂੰ ਲਿਆਓ ਗੁਰਦੁਆਰੇ ਜਾ ਕੇ। ਅੱਗੋਂ ਸਰਦਾਰ ਜੀ ਪਤਾ ਕੀ ਕਹਿੰਦੇ, ਕਹਿੰਦੇ ਮੈਂ ਤੇ ਹਜੇ ਪਗੜੀ ਦੇ ਲੜ ਠੀਕ ਕਰ ਰਹੇ ਹਾਂ, ਪੁੱਤਰ ਨੂੰ ਕਹਿ ਦੇ। ਕਹਿੰਦੀ ਅੱਛਾ, ਪੁੱਤਰ ਨੂੰ ਆਵਾਜ਼ ਮਾਰੀ ਬਾਪੂ ਤੇਰਾ ਪਗੜੀ ਦੇ ਲੜ ਠੀਕ ਕਰ ਰਿਹਾ, ਤੂੰ ਗੁਰੂ ਸਾਹਿਬ ਨੂੰ ਲਿਆ ਪਾਠ ਦੀ ਆਰੰਭਤਾ ਕਰਨੀ। ਉਹ ਕਹਿੰਦਾ ਮੈਂ ਠਾਠਾ ਬੰਦ ਰਿਹਾ ਬਾਪੂ ਨੂੰ ਕਹਿ ਦੇ। ਜਦੋਂ ਬੱਚੇ ਨੇ ਵੀ ਨਾ ਸੁਣੀ, ਬਾਪੂ ਨੇ ਵੀ ਨਾ ਸੁਣੀ, ਕਹਿੰਦੀ ਕੌਣ ਜਾਏਗਾ ਫਿਰ ਮਹਾਰਾਜ ਨੂੰ ਲੈਣ। ਤੇ ਸਰਦਾਰ ਘਰ ਦਾ ਬੋਲਿਆ 6100 ਰੁਪਏ ਪੇਟਾ ਦਿੱਤੀ, ਭਾਈ ਸਾਹਿਬ ਨੂੰ ਕੋਈ 8100 ਰੁਪਏ ਦੇ ਦਿਆਂਗੇ, ਮਹਾਰਾਜ ਨੂੰ ਲੈ ਵੀ ਆਪੇ ਆਓ ਤੇ ਛੱਡ ਵੀ ਆਪੇ ਜਾਇਓ। ਭਰ ਜਾਣਗੀਆਂ ਝੋਲੀਆਂ, ਨਵਾਬ ਬਣਦੇ ਹਾਂ ਅਸੀਂ, ਨਵਾਬ ਬਣੇ ਫਿਰਦੇ ਹਾਂ ਅਸੀਂ। ਇੱਕ MLA ਆ ਜੇ, ਮੰਤਰੀ ਆ ਜੇ, ਵੇਖੋ ਚਾਪਲੂਸੀਆਂ ਕਰਦੇ ਨਹੀਂ ਥੱਕਦੇ ਅਸੀਂ। ਇਹ ਦੁਨੀਆਂ ਦਾ ਮਾਲਕ ਜੇ, ਸ਼ਹਿਨਸ਼ਾਹ ਜੇ, ਖੰਡਾ ਬ੍ਰਹਮੰਡਾ ਦਾ ਮਾਲਕ ਜੇ, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ, ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਹ ਰੱਖੇ ਜਾ। ਉਹਦੀ ਕਦਰ ਪਾਈਏ, ਸਾਧ ਸੰਗਤ ਐਸੇ ਐਸੇ ਰਸਤੇ ਖੋਲਦਾ ਜਿਨ੍ਹਾਂ ਦੀ ਉਮੀਦ ਨਹੀਂ ਹੁੰਦੀ ਕਿ ਇਹ ਵੀ ਕਦੀ ਖੁੱਲ ਜਾਣਗੇ। ਸਾਰੇ ਪਾਸੋਂ ਹੀ ਰਸਤੇ ਖੋਲ ਦਿੰਦਾ ਕਿ ਮੇਰਾ ਪੁੱਤ ਮੇਰੇ ਚਰਨਾਂ 'ਚ ਅਰਦਾਸਾਂ ਕਰਦਾ, ਮੇਰੇ ਅੱਗੇ ਚੋਲੀ ਅੱਡੀ। ਸੋ ਗੁਰੂ ਕਿਰਪਾ ਕਰੇ, ਮੈਂ ਤਾਂ ਸਿੱਧੀਆਂ ਗੱਲਾਂ ਕਰਦਾ ਭਾਵੇਂ ਕਿਸੇ ਨੂੰ ਕੌੜੀਆਂ ਲੱਗਣ, ਪਰ ਇਹ ਬਿਮਾਰੀ ਵੜ ਗਈ ਸਾਡੇ ਘਰਾਂ 'ਚ। ਫੋਰਮੈਲਿਟੀਆਂ ਰਹਿ ਗਈਆਂ ਅਖੰਡ ਪਾਠ ਸਾਹਿਬ ਵੀ, ਚਲੋ ਜਿੱਥੇ ਪਿਆਰ ਹੈ ਉੱਥੇ ਤੇ ਭਰਦੀ ਵੀ ਆ ਝੋਲੀ, ਉੱਥੇ ਰਹਿਮਤਾਂ ਹੁੰਦੀਆਂ ਵੀ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਵੀ। ਤੋ ਗੁਰੂ ਕਿਰਪਾ ਕਰੇ ਭਾਈ, ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ, ਆਪਣੀ ਅਰਦਾਸ ਕਰਿਓ ਸਾਡੀ ਕਰਿਓ। ਮਹਾਰਾਜ ਨੂੰ ਚੋਰ ਸਾਹਿਬ ਕਰ ਕਦੀ ਘੰਟਾ ਘੰਟਾ ਮਹਾਰਾਜ ਵੇਖਣਗੇ ਵਿੱਚੋਂ ਵਿੱਚੋਂ, ਮੇਰਾ ਪੁੱਤ ਅੱਜ ਮੈਨੂੰ ਚੋਰ ਸਾਹਿਬ ਕਿਉਂ ਕਰਦਾ ਹੈ। ਪ੍ਰਗਟ ਗੁਰਾਂ ਕੀ ਦੇਹ ਹੈ, ਪ੍ਰਗਟ ਗੁਰਾਂ ਕੀ ਦੇਹ ਹੈ, ਵੇਖਣਗੇ ਮੇਰਾ ਪੁੱਤ ਅੱਜ ਮੈਨੂੰ ਘੰਟਾ ਹੋ ਗਿਆ ਚੋਰ ਕਰੀ ਜਾਂਦਾ ਹੈ। ਬੰਦਿਆਂ ਦੇ ਪਿੱਛੇ ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਹਾਂ, ਜਦੋਂ ਕੁਰਸੀਆਂ ਤੇ ਬਹਿ ਜਾਂਦੇ ਕੋਈ ਨੀ ਪਛਾਣਦਾ ਜੀ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੀ ਵਜ, ਝੂਠੇ ਝੂਠੇ ਵਾਅਦੇ ਕਰਦੇ ਨੇ, ਜਦੋਂ ਕੁਰਸੀਆਂ ਤੇ ਬਹਿ ਜਾਂਦੇ ਸਾਰੇ ਵਾਅਦੇ ਭੁੱਲ ਜਾਂਦੇ। ਕੋਈ ਕੋਈ ਹੁੰਦਾ ਜਿਹੜਾ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਵਰਗਾ, ਜਿਹੜਾ ਪੈਰ ਰੱਖ ਕੇ ਸੇਵਾ ਨਿਭਾਉਂਦਾ ਹੈ। ਗੁਰੂ ਸਾਹਿਬ ਕਿਰਪਾ ਕਰਨ ਭਾਈ, ਨਾਂ ਵੀ ਉਹਨਾਂ ਦੇ ਹੀ ਰਹਿੰਦੇ ਨੇ, ਨਾਂ ਵੀ ਉਹਨਾਂ ਦੇ ਰਹਿੰਦੇ ਨੇ। ਨੀਤੇ ਤਪੋ ਰਾਜ ਰਾਜੋ ਨਰਕ, ਕਿਸੇ ਜਨਮ ਦਾ ਤਪ ਹੋਵੇ ਤੇ ਰਾਜ ਮਿਲਦਾ, ਜੇ ਰਾਜ ਭਾਗ ਭੋਗਦੇ ਆ ਤੈਨੂੰ ਗੁਰੂ ਦੀ ਮੱਤ ਭੁੱਲਦੇ ਫਿਰ ਨਰਕ ਤਿਆਰ ਹੁੰਦੇ ਨੇ। ਗੁਰੂ ਕਿਰਪਾ ਕਰੇ, ਇਸ ਕਰਕੇ ਅਰਦਾਸ ਹੈ ਆਪਣੀ ਕਰਿਓ ਸਾਡੀ ਕਰਿਓ, ਮਾਰਗ ਤੇ ਭਰੋਸਾ ਰੱਖੀਏ, ਫਿਰ ਲੋਕ ਸੁਖੀਏ। ਪਰ ਲੋਕ ਸੁਹੇਲੇ ਆਪੇ ਮੇਲੇ। ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਦਾ, ਬੱਚਿਆਂ ਨੂੰ ਮਹਾਰਾਜ ਲੰਬੀਆਂ ਉਮਰਾਂ ਬਖਸ਼ਣ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਦ ਪਰਮੇਸ਼ਰ ਰਾਖੀ ਭੋਜਨ।
ਕੀਰਤਨ ਨੀਤ ਗੁਰੂ ਕਿਰਪਾ ਕਰੇ ਜੀ। ਪੱਪੀ ਵੀਰ ਜੀ ਦਾ ਧੰਨਵਾਦ ਹੈ, ਬੜੇ ਟਾਈਮ ਤੋਂ ਮਗਰ ਲੱਗੇ ਰਹੇ, ਚਲੋ ਇਹਨਾਂ ਦਾ ਪਿਆਰ ਜਿੱਤ ਗਿਆ, ਸਾਡਾ ਹੱਠ ਹਾਰ ਗਿਆ। ਹਜੇ ਹੋਰ ਵੀ ਉਹ ਕਿਹੜੀ ਜਗ੍ਹਾ ਹੈ ਜੀ, ਬਾਹਰ ਕਿੱਥੇ ਲੈ ਕੇ ਜਾਣਾ ਚਾਹੁੰਦੇ? ਹਾਂ, ਪੂਰੀ ਦਾ ਪ੍ਰੋਗਰਾਮ 4 ਸਾਲ 5 ਸਾਲ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦਾ ਉੱਧਰ ਪੁਰਬ ਮਨਾਉਂਦੇ ਨੇ। ਪਿਛਲੀ ਵਾਰ ਵੀ ਤਰਲੇ ਪਾਉਂਦੇ ਰਹੇ, ਕੋਈ ਐਸਾ ਕਾਰਨ ਬਣ ਗਿਆ ਅਸੀਂ ਨਹੀਂ ਜਾ ਸਕਦੇ। ਫਿਰ ਸਹਿਜ ਦੀ ਵੀਰ ਜੀ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਜਾਓ ਤੇ ਚਲੋ ਗੁਰੂ ਕਿਰਪਾ ਕਰੇ। ਹਜੇ ਲਾਇਆ ਹੋਇਆ ਇਹਨਾਂ ਨੇ ਜ਼ੋਰ ਪੂਰਾ ਹੀ, ਬਾਬਾ ਜੀ ਮਿਹਰ ਕਰਨਗੇ, ਉੱਧਰ ਵੀ ਸੰਗਤ ਦੇ ਦਰਸ਼ਨ ਕਰਾਂਗੇ। ਸੋ ਪਿਆਰ ਦੀ ਖੇਡ ਹੈ ਸਾਰੀ ਭਾਈ, ਜਦੋਂ ਪਿਆਰ ਆ ਜਾਂਦਾ ਜ਼ਿੰਦਗੀ 'ਚ ਉਦੋਂ ਗੁਰੂ ਸਾਹਿਬ ਤੋਂ ਸਾਰੀਆਂ ਦਾਤਾਂ ਬੰਦਾ ਲੈ ਜਾਂਦਾ। ਆਕੜੇ ਨਾ ਰਹੀਏ, ਬਸ ਹਮੇਸ਼ਾ ਨਿਮਰਤਾ ਵਿੱਚ ਰਹੀਏ, ਫਿਰ ਸਾਧ ਸੰਗਤ ਨੀਵੇਂ ਪਾਉਣ ਮੁਰਾਦਾਂ ਉੱਚੀਆਂ। ਆਕੜ ਵਾਲੇ ਟਹਿੰਦੇ ਨੇ, ਨੀਵੇਂ ਥਾਂ ਤੇ ਜਲ ਥਲ ਹੋ ਜੇ ਟਿੱਬੇ ਤਾਂ। ਕਰੀਏ ਸਮਾਪਤੀ, ਅਰਦਾਸ ਸੁਣ ਕੇ ਹੁਕਮਨਾਮੇ ਸੁਣ ਕੇ ਮਹਾਰਾਜ ਸਾਹਿਬ ਜਾਣਗੇ, ਲੰਗਰ ਪ੍ਰਸ਼ਾਦਾ ਛਕ ਕੇ ਜਾਣਾ ਸਾਰਿਆਂ ਨੇ। ਕੋਈ ਵੀ ਰਸਨਾ ਵਾਂਜੀ ਨਾਰੇ ਆਓ, ਬੜੇ ਪਿਆਰ ਦੇ ਨਾਲ ਪੜ੍ਹੀਏ ਪੰਕਤੀਆਂ, ਫਿਰ ਸਮਾਪਤੀ ਹੈ। ਓ ਤੇਰੇ ਭਰੋਸੇ ਪਿਆਰੇ, 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 ਲਾਡ ਲਡਾ ਚੰਦਨਾ ਸਰਦ ਰੁੱਤ ਮੂਲ ਨਾ ਮਿੱਟੀ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਕਰਨਾ, ਹਰ ਕਾ ਨਾਮ ਤਿਆਈ ਕੈ ਹੋ ਹਰਿ ਭਾਈ, ਕਰਮ ਲਗਨ ਤੇ ਭਾਈ ਹੈ ਮਨ ਦੇ ਬੋਲਿਆ, ਅੰਮ੍ਰਿਤ ਫਲ ਪਾਈ ਦਿਲ ਸਾਧ ਸੂਬ ਜੈ ਸਤੀ ਸਭ ਚਾਈ, ਨਾਨਕ ਸਿਮਰੈ ਏਕ ਨਾਮ ਫਿਰ ਗੋੜ ਨਾ ਤਾਈ, ਨਾਨਕ ਸਿਮਰੈ ਏਕ ਨਾਮ ਫਿਰ ਗੋੜ ਨਾ ਤਾਈ। ਬਸੰਤ ਕੀ ਵਾਰ ਮਹਲ ਪੰਜਵਾ, ਏਕ ਓਂਕਾਰ ਸਤਿਗੁਰੂ ਪ੍ਰਸਾਦ ਹਰ ਕਾ ਨਾਮ, ਓ ਨਾਨਕ ਸਿਮਰੈ ਨਾ ਫਿਰ ਬੋੜ ਨਾ ਤਾਈ। ਏਕ ਕੋਟ ਪੰਸਿਕ ਦਾਰਾ ਪੰਚੇ ਮੰਗੇ ਹਾਲਾ, ਜਿਮੀਨਾ ਕੀ ਮੈਂ ਕਿਸੀ ਕੀ ਬੋਰੀ ਐਸਾ ਦੇਣ ਦੁਖਾਲਾ, ਹਰ ਕੇ ਲੋਕਾਂ ਮੋਕੋ ਨੀਤ ਡਸੈ ਪਟਵਾਰੀ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤੈਨ ਹੋ ਲਿਆ ਬਾਰੀ
पंजे बड़े मावली कर सका टोआ अपने चरण जपायण रोग सोग संगत गए जिन रैन नाम जनाएदा जिसते उपजे नानका सोई फिर होवा जिसते उपजे नानका सोई फिर होवा पंजे बधे महाबली कर सच्चा टोवा आपने चरण जपायन विच दय खड़ोवा रोग सोग सब मिट गए नित नवा निरोवा दिन रैण नाम ते आयदा फिर पाए नमोवा जिस ते उपजया नानका सोई फिर होवा जिस ते उपजया नानका सोई फिर होवा ना मेला ना धुंधला ना भगवा ना कट नानक लालो लाल है सच्चे रत्ता सच जिसांगे तेरे जीजम सर्ग संगे और की मतावे कैन त्यार सुनने सेपा सुहावे आगुन या गोचर सांखे बदू सर लवे न लावे सच पूरे गुरु पुदेसिया नानक सुनावे आगुन या गोचर सांखे बदू सर लवे न लावे सच पूरे गुरु पुदेसिया नानक पुजै कह रहे कह मां समावे जी जन सब खसम कहे कौन कीमत पावे कहन त्यायन सुन नित से भगत सुहावे अगम गोचर साहिबो दूसर लवे न लावे सच पूरे गुरु उपदेसिया नानक सुनावे सच पूरे गुरु उपदेसिया राम कली महला तीजा नंदे कोंकार सतगुरु प्रसाद मेरी माए सतगुरु राम रतन गुरु संत साजन पे सर से देख मिल बैठे नान गुरु चरण Thank you.
सो बोले सोना बोले सोना देखे पंथ की राजेगा राजेगा झूलते निशान रहने सच से दीवान रहने निशान रहने पंत महाराज के फूल के निशान रहने पंत महाराज के सज के दीवान रहने गुरु महाराज के सज के दीवान रहने गुरु महाराज के आज्ञा भई पाल की तुम्हे चलायो पंथ सब सिखण दो हुक्म है गुरु मानियो ग्रंथ गुरु मानियो ग्रंथ अकाल तख्त महान है अकाल तख्त महान सिख पंथ दी शान है सिख पंथ दी शान है बोले सोने ना सत श्री अकाल बोले सोने ना सत श्री अकाल जो गज के बुलाए सोने ना सत श्री अकाल बोले